जस्टिव देख रहे हो तुसीं, मैं केपी सिंह टू द पॉइंट विच तुहाडा सब दा स्वागत करदा। आपदा में अफसर ये शब्द ही सुनिया सीगा, पर ये अफसर आ जिहड़ा हुण सूबा सरकार किते लभण तां लग पई। इन्हां दे विरोधी इल्जाम लगा रहे हैं कि करोना वैक्सीन तो लैके फतेह किट तक घोटाले कर रही है सरकार, मुनाफाखोरी कर रही है, महामारी विच मुनाफाखोरी हो रही है। इन्हां सवालों का जवाब सरकार की देवे कि ये सरकार ते बहुत वड्डे सवाल है। आम आदमी पार्टी के अकाली दल ने सूबे के सेहत मंत्री का घर घेरिया, तो सूबे के सेहत मंत्री का जवाब आया कि जे तुसीं घर घेरना तो मोदी का घेरो। ये बहुत सारे सवाल है। फतेह किट विच की घोटाला होया, कोई करोना वैक्सीन दे विच कोई घोटाला होया कि ये कथित घोटाला जां वाकई घोटाला जिवें विरोधी पार्टियां कह रही हैं? बहुत सारे सवाल है, असी सारे सवाल पूछा। करोना टीके तो फतेह किट तक क्यों घिरी कैप्टन सरकार? सियासत हो की रही है, पहला सुन लिए। एक पासे लोग मर रहे हैं, दूजे पासे मंत्री पार्टी मुख्यमंत्री बचाने वाली दवाइयां ते पैसा कमाने ते लगे। कोरोना महामारी तकरीबन एक साल सवा साल पहले शुरू हुई, एक साल दे आपा पूरा दुनिया झूझ रही है। देखो अकाली दल जो आप कह रहे हैं ना, जो कल आए थे उनका भी मोहाली में खाता नहीं खुला कारपोरेशन में, जो आज आ रहे हैं उनका भी खाता नहीं खुला। और तीन टर्मों से लगातार कैप्टन कमलजीत रामूवालिया साहब, ढींडसा साहब और इस तो बाद आप पार्टी वाले, ये सब उसे मार खा चुके ने। इस मोहाली के लोगों को पता साडा एमएलए क्या, साडा वजीर क्या है, जहाँ असी सारे पंजाब के लोगों को पता जिनी साडे सीएम साहब ने चंगी लीडरशिप दे के जो करोना के खिलाफ लड़ाई लड़ी है और मैक्सिमम लोगों को रिलीफ दिता है, वो लोग सारे जानते हैं। ये लोग अपने सियासी रोटे खाते ऐसा काम कर रहे हैं। वो कहते जिमें कहावत है कि सत्त घर तो डैन भी छड़ दिंदी है, सरकार पर कोई घर छड़न तैयार नहीं। पहला वैक्सीन जिहड़ी के 450 रुपए खरीद के 1040 रुपए नूं बेची प्राइवेट हस्पताल नूं, बाद कहिंदे गलती हो गई हुण असीं वापस लवांगे उन्हां तों। उन्हां दे घर दे अगे प्रदर्शन भी कीता कल भी आम आदमी पार्टी दे जुझारू साथियों ने, ते अस्तीफे की भी मंग करदे असीं सेहत मंत्री दे अस्तीफे की। दूजे पासे आ जिहड़ी फतेह किट है इहदे विच्चों भी 837 तों शुरू हो के 1338 तक चले गए। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਪੁੱਛਾਂਗੇ ਕਿ ਕਰੋਨਾ ਦੇ ਨਾਮ ਤੇ ਕਥਿਤ ਘੁਟਾਲੇ 'ਚ ਫਸੀ ਕੈਪਟਨ ਸਰਕਾਰ ਹੁਣ ਕੀ ਜਵਾਬ ਦੇਵੇਗੀ? ਇਸੇ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈ, ਤਾਰਫ ਕਰਾ ਰਿਹਾ ਅਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਦੇ ਹਾਂ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਦੇ ਸਪੋਕਸਪਰਸਨ ਹੈ, ਐਡਵੋਕੇਟ ਹੈ। ਖੜਿਆਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਜਗਤਾਰ ਸੰਘੇੜਾ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ, ਸੰਘੇੜਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਸਿੰਘ ਕਲੀਅਰ ਇਹ ਵੀ ਐਡਵੋਕੇਟ ਨੇ, ਸ਼੍ਰੋਮਣੀ ਅਕਾਲੀ ਦਲ ਸਪੋਕਸਪਰਸਨ ਹੈ, ਕਲੀਅਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਪਿਆਲਾਗਰ ਸਾਬਕਾ ਰਜਿਸਟਰਾਰ ਨੇ ਵਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਤੇ, ਇਹਨਾਂ ਨੂੰ ਇਹ ਵੀ ਪਤਾ ਕਿ ਟੈਂਡਰ ਕਿੰਨੇ ਹੋਏ ਆ, ਕਿਹੜੀਆਂ ਕੰਪਨੀਆਂ ਨੂੰ ਹੋਏ ਆ ਅਤੇ ਫਤਿਹ ਕਿੱਟ ਵਿੱਚ ਹੋਣਾ ਕੀ ਚਾਹੀਦਾ ਅਤੇ ਹੈ ਕੀ ਹੈ ਇਸ ਤੱਕ ਡਾਕਟਰ ਗਰਗ ਸਰ। ਡਾਕਟਰ ਗਰਗ ਸਰ ਤੁਹਾਡਾ ਵੀ ਬਹੁਤ ਸਵਾਗਤ ਹੈ ਸਰ। ਸ਼ੁਕਰੀਆ ਜੀ ਬਹੁਤ। ਅਰਸ਼ਪ੍ਰੀਤ ਖੜਿਆਲ, ਵਿਰੋਧੀ ਕਹਿ ਰਹੇ ਘੁਟਾਲਾ ਹੋਇਆ, ਇਹ ਘੁਟਾਲਾ ਜਾਂ ਕੁਛ ਹੋਰ ਹੈ? ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕੋਵਿਡ ਦੀ ਵੇਵ ਚੱਲ ਰਹੀ ਹੈ ਤੇ ਉਹਦੇ ਦੌਰਾਨ ਇਹ ਜਾ ਕੇ ਉੱਥੇ ਪ੍ਰੋਟੈਸਟ ਕਰ ਰਹੇ ਹੈ, ਸੋਸ਼ਲ ਡਿਸਟੈਂਸਿੰਗ ਨੂੰ ਫੋਲੋ ਨਹੀਂ ਕਰ ਰਹੇ, ਮਾਸਕ ਨਹੀਂ ਲਾ ਰਹੇ, ਇਹ ਬਿਮਾਰੀ ਨੂੰ ਘਟਾਉਣ ਦਾ ਕੰਮ ਕਰ ਰਹੇ ਕਿ ਵਧਾਉਣ ਦਾ ਕੰਮ ਕਰ ਰਹੇ? ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਦੂਜੀ ਗੱਲ, ਆਬਜੈਕਟਿਵ ਸਰਕਾਰ ਦਾ ਕੀ ਸੀ ਇਹ ਤੁਹਾਨੂੰ ਦੇਖਣ ਦੀ ਲੋੜ ਹੈ। ਬੀ ਐਸ ਸਿੱਧੂ ਜੀ ਨੇ ਆਲਰੇਡੀ ਕਹਿਤਾ ਹੈ ਕਲੀਅਰ ਕੱਟ ਕਿ ਇਨਕੁਆਇਰੀ ਇਹਦੇ ਵਿੱਚ ਆਰਡਰ ਕੀਤੀ ਜਾਊਗੀ, ਉਹ ਪਰਸਨਲੀ ਲੁੱਕ ਇਨਟੂ ਕਰਨਗੇ ਕਿ ਵਾਟ ਹੈਜ਼ ਗੋਨ ਰੋਂਗ ਇਨਟੂ ਇਟ। ਤੇ ਨਾਲੇ ਸੈਂਟਰ ਦਾ ਜਦੋਂ ਹੀ ਫੈਸਲਾ ਆਇਆ ਉਦੋਂ ਹੀ ਪੰਜਾਬ ਗਵਰਨਮੈਂਟ ਨੇ ਰਿਟਰੈਕਟ ਕੀਤਾ ਇਸ ਚੀਜ਼ ਨੂੰ, ਦੇਰਫੋਰ ਪੰਜਾਬ ਗਵਰਨਮੈਂਟ ਕੁਡ ਨਾਟ ਬੀ ਹੈਲਡ ਅਕਾਊਂਟੇਬਲ ਫੋਰ ਦੈਟ। ਅਗਲੀ ਗੱਲ ਦੇਖੋ, ਜਿੰਨੀ ਵੈਕਸੀਨ ਜਿੱਥੇ ਵਰਾਇਟੀ ਜੇ ਜ਼ਿਆਦਾ ਹੋਊਗੀ ਉਹਦਾ ਫਾਇਦਾ ਹੋਊਗਾ ਕਿ ਨੁਕਸਾਨ ਹੋਊਗਾ, ਇਹ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਪੰਜਾਬ ਇੱਕ ਲੌਤੀ ਸਟੇਟ ਹੈ ਜਿਹਨੇ ਇਹ ਚੀਜ਼ ਕੀਤੀ ਕਿ ਹੋਰਾਂ ਸਟੇਟਸ ਨੇ ਵੀ ਕੀਤਾ, ਇਹ ਵੀ ਸੋਚਣ ਦੀ ਲੋੜ ਹੈ। ਐਂਡ ਮੋਰ ਓਵਰ ਸੋਸ਼ਲ ਡਿਸਟੈਂਸਿੰਗ ਨੋਰਮਸ ਕਿਵੇਂ ਫੋਲੋ ਹੋਣਗੇ, ਜੇ ਵੈਕਸੀਨੇਸ਼ਨ ਸੈਂਟਰਸ ਘੱਟ ਹੋਣਗੇ ਕਿ ਵੈਕਸੀਨੇਸ਼ਨ ਸੈਂਟਰ ਜ਼ਿਆਦਾ ਹੋਣਗੇ, ਇਹ ਸਮਝਣ ਦੀ ਲੋੜ ਹੈ। ਨਾਲੇ ਸਪੂਤਨਿਕ 5 ਪੰਜਾਬ ਪਹਿਲਾ ਸਟੇਟ ਹੈ ਪੂਰੇ ਦੇਸ਼ ਦਾ
ਜਿਹਨੇ ਸਪੂਤਨਿਕ 5 ਆਰਡਰ ਕੀਤੀ ਨਾਲੇ ਉਹ ਵਿਦਿਨ ਅ ਫਿਊ ਡੇਸ ਵਿਦਿਨ ਅ ਫਿਊ ਵੀਕਸ ਇਟ ਵਿਲ ਬੀ ਹੇਅਰ ਇਨ ਪੰਜਾਬ ਐਂਡ ਵੀ ਵੈਕਸੀਨੇਟ ਐਵਰੀਬਾਡੀ ਨਾਲੇ ਆਪਣਾ ਪੰਜਾਬ ਦਾ ਰੇਟ ਜਿਹੜਾ ਕੋਵਿਡ ਵੈਕਸੀਨੇਸ਼ਨ ਦਾ ਹੈਗਾ ਇਟਸ ਮਚ ਬੈਟਰ ਦੈਨ ਮੈਨੀ ਅਦਰ ਸਟੇਟਸ ਦੇਵੋ ਵੀ ਸ਼ੁੱਡ ਬੀ ਕਮੈਂਡਡ ਐਂਡ ਨਾਟ ਕ੍ਰਿਟਿਸਾਈਜ਼ਡ ਫੋਰ ਦੈਟ ਖੜਿਆਲ ਸਾਹਿਬ ਸੈਂਟਰ ਤੋਂ ਆਪਾਂ ਘੱਟ ਕੀਮਤ ਲੈ ਕੇ ਪ੍ਰਾਈਵੇਟ ਹੋਸਪਿਟਲਸ ਨੂੰ ਵੱਧ ਕੀਮਤ 'ਤੇ ਵੇਚ ਕੇ ਉਸ ਤੋਂ ਬਾਅਦ ਪ੍ਰਾਈਵੇਟ ਹੋਸਪਿਟਲ ਮੁਨਾਫਾ ਕਮਾਉਣ ਤੁਹਾਡੀ ਇਹ ਕੋਸ਼ਿਸ਼ ਸੀਗੀ ਪਹਿਲੀ ਗੱਲ ਤਾਂ ਪ੍ਰਾਈਵੇਟ ਹੋਸਪਿਟਲਸ ਨੂੰ ਸਿੱਧਾ ਕਮਾਂਡ ਕੀਤੀ ਹੈ ਜਿੰਨੀਆਂ ਵੈਕਸੀਨਸ ਹੈਗੀਆਂ ਵਾਪਸ ਭੇਜੋ ਦੂਜੀ ਗੱਲ ਜਿਹੜੇ ਪ੍ਰਾਈਵੇਟ ਹੋਸਪਿਟਲਸ ਤੋਂ ਪੈਸਾ ਜੇ ਮਾੜਾ ਮੋਟਾ ਕੋਈ ਆਇਆ ਉਹ ਕਿੱਥੇ ਸਰਕਾਰ ਖਰਚ ਕਰ ਰਹੀ ਹੈ ਕੋਵਿਡ ਵੈਕਸੀਨੇਸ਼ਨ ਤੇ ਆਕਸੀਜਨ ਬੈਡਸ ਅਰੇਂਜ ਕਰਨ ਤੇ ਵੈਂਟੀਲੇਟਰਸ ਅਰੇਂਜ ਕਰਨ ਤੇ ਲੋਕਾਂ ਦੀ ਹੈਲਪ ਕਰਨ ਤੇ ਐਂਬੂਲੈਂਸਿਸ ਅਰੇਂਜ ਕਰਨ ਤੇ ਦੈਟ ਇਜ਼ ਵਾਟ ਦੀ ਆਬਜੈਕਟਿਵ ਆਫ ਦ ਪੰਜਾਬ ਗਵਰਨਮੈਂਟ ਇਜ਼ ਨਾ ਕਿ ਕਿਸੇ ਦਾ ਨੁਕਸਾਨ ਕਰਨਾ ਬਟ ਮੇਕ ਸ਼ੋਰ ਕਰਨਾ ਕਿ ਵੈਲਫੇਅਰ ਮੈਕਸੀਮਾਈਜ਼ੇਸ਼ਨ ਹੋ ਸਕੇ ਪੰਜਾਬ ਦੇ ਵਿੱਚ ਠੀਕ ਠੀਕ ਸੰਗੇੜਾ ਸਾਹਿਬ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਤੁਹਾਡੇ ਤੇ ਮੁਕੱਦਮਾ ਦਰਜ ਹੋਣ ਲੱਗਿਆ ਤੁਸੀਂ ਪ੍ਰੋਟੈਸਟ ਕੀਤਾ ਨਹੀਂ ਚਲੋ ਉਹ ਤਾਂ ਮੁਕੱਦਮੇ ਬਥੇਰੇ ਇਹਨਾਂ ਨੇ ਪਹਿਲਾਂ ਵੀ ਦਰਜ ਕਰ ਲਏ ਆ ਅਸੀਂ ਜਿੰਨੀਆਂ ਕੁ ਪ੍ਰੀਕੋਸ਼ਨਸ ਲੈ ਸਕਦੇ ਹਾਂ ਲਈਆਂ ਆ ਪਰ ਜਿਹੜੀਆਂ ਚੀਜ਼ਾਂ ਕਾਂਗਰਸ ਪਾਰਟੀ ਦੀ ਸਰਕਾਰ ਕਰ ਰਹੀ ਹੈ ਪੰਜਾਬ ਸਰਕਾਰ ਕਰ ਰਹੀ ਹੈ ਉਹ ਇਹਦੇ ਨਾਲੋਂ ਵੀ ਜ਼ਿਆਦਾ ਡੇਂਜਰਸ ਨੇ ਇਹ ਜਿਹੜਾ ਕਾਂਗਰਸ ਦੇ ਬੁਲਾਰੇ ਨੇ ਅਰਸ਼ਪ੍ਰੀਤ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਅਸੀਂ ਮੁਨਾਫਾ ਕਮਾ ਕੇ ਵੀ ਉਹਨਾਂ 'ਤੇ ਹੀ ਖਰਚਣਾ ਹੈ ਇੱਕ ਕਾਨੂੰਨ ਦੀ ਗੱਲ ਹੁੰਦੀ ਹੈ ਇੱਕ ਲਿਆਕਤ ਦੀ ਗੱਲ ਹੁੰਦੀ ਆ 400 ਰੁਪਏ ਦੀ ਵੈਕਸੀਨ ਹੈ ਜਿਹੜੀ ਕਿ 400 ਰੁਪਏ ਵਿੱਚ ਹੀ ਲੱਗਣੀ ਚਾਹੀਦੀ ਹੈ ਦਿਸ ਇਜ਼ ਇਲੀਗੈਲਿਟੀ ਇੱਕ ਹੁੰਦੀ ਹੈ ਇਲੀਗੈਲਿਟੀ ਇੱਕ ਹੁੰਦੀ ਹੈ ਇਰੈਗੂਲਰਟੀ ਇਰੈਗੂਲਰਟੀ ਤਾਂ ਠੀਕ ਹੈ ਠੀਕ ਕੀਤੀ ਜਾ ਸਕਦੀ ਹੈ ਉਹ ਇੰਨੀ ਸਵੀਅਰ ਨਹੀਂ ਹੁੰਦੀ ਇਲੀਗੈਲਿਟੀ ਦੇ ਵਿੱਚ ਮੁਕੱਦਮਾ ਦਰਜ ਹੋਣਾ ਚਾਹੀਦਾ ਆ ਇਹ ਕ੍ਰਿਮੀਨਲ ਓਫੈਂਸ ਹੁੰਦਾ ਆ ਸੋ ਇਹ ਜਿਹੜੀ 400 ਤੋਂ 1060 ਦੇ ਵਿੱਚ ਹੀ ਪੰਜਾਬ ਸਰਕਾਰ ਅੱਗੇ 1506 ਦੇ ਡਰਾਮਾ ਕਰ ਰਹੇ ਨਾ ਡਰਾਮਾ ਦੇਖ ਲੋ ਤੁਸੀਂ ਵੀ ਲੋਕੀ ਆਪੇ ਫੈਸਲਾ ਕਰ ਲੈਣਗੇ ਕੌਣ ਡਰਾਮਾ ਕਰਦਾ ਹਾਂ ਬੋਲੋ ਮਿਸਟਰ ਸੰਗੜਾ ਇੱਕ ਮਿੰਟ ਮਿਸਟਰ ਖੜਿਆਲ ਪਲੀਜ਼ ਇਹਦਾ ਇੰਟਰਪਟ ਕਰਿਆ ਕਰੋ ਪਲੀਜ਼ ਮੈਂ ਆ ਰਿਹਾ ਤੁਹਾਡੇ ਕੋਲੇ ਹਾਂ ਬੋਲੋ ਸੰਗੜਾ ਸਾਹਿਬ ਸਰਕਾਰੀ ਹਸਪਤਾਲ ਦੇ ਨੇ ਹੱਥ ਖੜੇ ਕਰਤੇ ਕਿ ਸਾਡੇ ਕੋਲ ਵੈਕਸੀਨ ਹੈ ਨਹੀਂ ਨਾਲ ਸੀਨੀਅਰ ਅਫੀਸ਼ੀਅਲ ਟੈਕਸ ਕਰ ਰਹੇ ਨੇ ਕਿ ਫਲਾਣੇ ਹਸਪਤਾਲ 'ਚ ਇਸ ਕੀਮਤ ਤੇ ਮਿਲ ਰਹੀ ਹੈ ਤਾਂ ਵਪਾਰ ਸ਼ੁਰੂ ਹੋ ਗਿਆ ਇਹਦੇ ਤੇ ਦੇਖੋ ਐਥੀਕਲੀ ਵੀ ਤੇ ਉਸ ਤਰ੍ਹਾਂ ਵੀ ਇਹ ਐਪੀਡੈਮਿਕ ਹੈ ਮਹਾਮਾਰੀ ਹੈ ਵਰਲਡ ਵਾਈਡ ਬਹੁਤ ਮੁਲਕਾਂ 'ਚ ਸਾਰਿਆਂ 'ਚ ਤਕਰੀਬਨ ਕੇਂਦਰ ਸਰਕਾਰ ਦੀ ਪੈਸੇ ਤੇ ਸੀਗੀ ਫ੍ਰੀ ਵੈਕਸੀਨੇਸ਼ਨ ਪਹਿਲਾਂ ਕੇਂਦਰ ਸਰਕਾਰ ਨੇ 3 ਭਾਅ ਰੱਖਤੇ ਹੁਣ ਅੱਗੇ ਪੰਜਾਬ ਸਰਕਾਰ ਇਹ ਵਪਾਰ ਕਰਨ ਲੱਗ ਗਈ ਆ ਔਰ ਨਾਲੇ ਦੇ ਵਿੱਚ ਅੰਡਰਹੈਂਡ ਵੀ ਐਕਸਚੇਂਜਸ ਹੋਈਆਂ ਸਾਡੇ ਕੋਲ ਸਬੂਤ ਨੇ ਇਸ ਗੱਲ ਦੇ ਅਸੀਂ ਤਾਂ ਕਹਿੰਦੇ ਇਸ ਘੁਟਾਲੇ ਦੀ ਜਾਂਚ ਕਰਾਈ ਜਾਵੇ ਹੈਲਥ ਮਿਨਿਸਟਰ ਦੇ ਇਮੀਡੀਏਟਲੀ ਮੁਕੱਦਮਾ ਦਰਜ ਹੋਣਾ ਚਾਹੀਦਾ ਨਾਲੇ ਕਾਂਗਰਸ ਦੇ ਬੁਲਾਰੇ ਇਹ ਦੱਸਣ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੀ ਨਹੀਂ ਬੋਲੇ ਉਹਨਾਂ ਨੂੰ ਅੰਡਰ ਦੀ ਟੇਬਲ ਜਿਹੜਾ ਮਨੀ ਆ ਉਹ ਚੋਂ ਕਿੰਨਾ ਗਿਆ ਹੈਗਾ ਇਹ ਘੁਟਾਲਾ ਆ ਇੱਕ ਸਿੰਪਲ ਚੀਜ਼ ਨਹੀਂ ਬਹੁਤ ਵੱਡੇ ਇਲਜ਼ਾਮ ਲਗਾ ਰਹੇ ਤੁਸੀਂ ਸਿੰਗੜਾ ਸਾਹਿਬ ਮੈਂ ਵਾਪਸ ਆਊਂਗਾ ਸਰ ਵਾਪਸ ਆਊਂਗਾ ਕਲੀਅਰ ਸਾਹਿਬ ਇਹ ਕਾਂਗਰਸ ਕਹਿ ਰਹੀ ਹੈ ਤੁਹਾਨੂੰ ਮੋਦੀ ਸਾਹਿਬ ਦਾ ਜਾ ਕੇ ਕਰਕੇ ਕਰਨਾ ਚਾਹੀਦਾ ਇੱਥੇ ਕਿਉਂ ਬੈਠੇ ਹੋ ਤੁਸੀਂ ਨਹੀਂ KP ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸ਼ਰਮ ਤਾਂ ਉਹ ਲੋਕਾਂ ਨੂੰ ਆਉਣੀ ਚਾਹੀਦੀ ਹੈ ਕਿ ਜਿਹੜੇ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਲੰਗਰ ਦੇ ਵਾਰਸਾਂ ਦੀ ਧਰਤੀ ਦੇ ਉੱਤੇ ਇਹ ਵੈਕਸੀਨੇਸ਼ਨ ਦਾ ਵਪਾਰ ਕਰ ਰਹੇ ਨੇ ਮੈਨੂੰ ਇੱਕ ਗੱਲ ਦੱਸ ਦੇਣ ਖੜਿਆਲ ਸਾਹਿਬ ਕਿ ਕੇਂਦਰ ਤੋਂ 400 ਰੁਪਏ ਦੀ ਵੈਕਸੀਨ ਲੈ ਕੇ ਇਹ ਕਿਹੜਾ ਬਿਜ਼ਨਸ ਹੈ ਕਿ ਤੁਸੀਂ ਉਹਨੂੰ 1540 ਰੁਪਏ ਦੇ ਵਿੱਚ ਲੋਕਾਂ ਤੱਕ ਪਹੁੰਚਾ ਰਹੇ ਹੋ ਔਰ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੀ ਮੁੱਖ ਸਕੱਤਰ ਆਪਣੇ ਟਵਿੱਟਰ ਤੇ ਐਡਵਰਟਾਈਜ਼ਮੈਂਟ ਕਰ ਰਹੀ ਹੈ ਕਿ ਮੈਕਸ ਤੇ 40s ਤੋਂ ਤੁਸੀਂ 1540 ਰੁਪਏ ਦੇ ਵਿੱਚ ਲਵਾ ਲਓ ਇਹ ਕਿਹੜਾ ਵਪਾਰ ਹੈ ਔਰ ਦੂਜੀ ਜਿਹੜੀ ਫਤਿਹ ਕਿੱਟ ਦੀ ਗੱਲ ਹੈ ਫਤਿਹ ਕਿੱਟ ਦਾ ਜਿਹੜਾ ਇਨੀਸ਼ੀਅਲ ਟੈਂਡਰ ਹੈ ਮੈਂ ਤੁਹਾਨੂੰ ਦੱਸ ਦੇਣਾ ਕਿ ਉਹ ਸੰਗਮ ਮੈਡੀਕਲ ਸਟੋਰ ਨੂੰ ਦਿੱਤਾ ਸੀ ਲੋਐਸਟ ਬਿਡ ਸੀ 837 ਰੁਪਏ ਦੀ 837 ਰੁਪਏ ਦੀ ਬਿਡ ਹੈ ਤੇ ਟੈਂਡ ਉਹਨੂੰ ਦਿੰਦੇ ਕਿੰਨੇ 'ਚ 940 ਰੁਪਏ 'ਚ ਫੇਰ ਦੁਬਾਰਾ 20 ਅਪ੍ਰੈਲ ਨੂੰ ਨਵਾਂ ਟੈਂਡਰ ਕਾਲ ਕਰ ਲੈਂਦੇ ਨੇ ਉਹ ਗ੍ਰੈਂਡਵੇ ਇਨਕਾਰਪੋਰੇਸ਼ਨ ਨੂੰ ਹੈ ਉਹ ਹੈਗਾ 1226 ਦਾ ਉਹਨੂੰ ਦਿੰਦੇ ਕਿੰਨੇ 'ਚ ਨੇ 1338 ਰੁਪਏ 'ਚ ਮੈਂ ਤਾਂ ਸਿਰਫ ਇੱਕ ਗੱਲ ਪੁੱਛਣੀ ਚਾਹੁੰਦਾ KP ਸਾਹਿਬ ਕਿ ਜਿਹੜੀ ਗ੍ਰੈਂਡਵੇ ਕਾਰਪੋਰੇਸ਼ਨ ਹੈ ਉਹਦਾ ਤਾਂ ਕੋਈ ਮੈਡੀਕਲ ਲਾਈਨ ਨਾਲ ਲੈਣਾ ਦੇਣਾ ਹੀ ਨਹੀਂ ਸੋ ਐਸੀ ਕੰਪਨੀ ਨੂੰ ਟੈਂਡਰ ਦੇ ਕੇ ਸਾਬਤ ਕੀ ਕਰਨਾ ਚਾਹੁੰਦੇ ਹੋ ਕਰੋੜਾਂ ਰੁਪਏ ਦਾ ਘੁਟਾਲਾ ਪੰਜਾਬ ਸਰਕਾਰ ਕਰ ਰਹੀ ਹੈ ਕਰੋੜਾਂ ਰੁਪਏ ਦਾ ਔਰ ਸ਼ਰਮ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਮੰਤਰੀਆਂ ਨੂੰ ਆਉਣੀ ਚਾਹੀਦੀ ਹੈ ਕਿ ਜਿੱਥੇ ਲੋਕਾਂ ਨੂੰ ਕਰੋਨਾ ਦੇ ਟਾਈਮ 'ਚ ਫ੍ਰੀ ਮੈਡੀਸਨ ਦੇਣੀ ਚਾਹੀਦੀ ਸੀ ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆਊਂਗਾ ਫਤਿਹਗੜ੍ਹ ਵਿੱਚ ਹੋਣਾ ਕੀ ਚਾਹੀਦਾ ਸਵਾਲ ਇਹ ਵੀ ਹੈਗਾ
ਫਤਿਹਗੜ੍ਹ ਦੇ ਘੁਟਾਲੇ ਦੀ ਤਾਂ ਸਾਰੇ ਗੱਲ ਕਰ ਰਹੇ ਆ, ਇਹ ਕਥਿਤ ਘੁਟਾਲੇ ਦੀ ਗੱਲ ਕਰ ਰਹੇ ਆ। ਫਤਿਹਗੜ੍ਹ ਵਿੱਚ ਹੋਣਾ ਕੀ ਚਾਹੀਦਾ, ਉਹ ਕਹਿੰਦੇ ਆਦੇਸ਼ਾਂ ਦੇ ਨਾਲ, ਕਹਿੰਦੇ ਹੁਕਮਾਂ ਦੇ ਨਾਲ ਫਤਿਹਗੜ੍ਹ ਬਣੀ ਆ, ਸਵਾਲ ਇਹ ਵੀ ਹੈਗਾ। ਵਾਪਸ ਆ ਰਿਹਾ एक और फिर थोड़ा स्वागत करते हैं करोना टीके तो फतेहगढ़ तक, क्योंकि कैप्टन सरकार असं वड्डा सवाल इको पूछ रहे हैं, करोना के नाम से कथित घोटाले फसी कैप्टन सरकार हुण की जवाब देगी। डाटगर्ग जिहड़ा वैक्सीनेशन दे विच इसनूं घोटाला कहा जा रहा, तुसीं इस नाल इतफाक रखते हो घोटाला? एक फतेहगढ़ वाला जिहड़ा कहा जा रहा है कि वह भी घोटाला, जिहड़ा टेंडर है उस कंपनी नूं कीता गया जिन्हां कोले लाइसेंस तक नहीं हैगा गा। डाटगर्ग देखो, पहली गल यह है भी जो घोटाला करे वह तो बड़ा पहला सेंटर ने करे, दो तीन रेट रख के पे स्टेटा दसिया ही नहीं। अज तक एक पॉलिसी सी कि जी वैक्सीनेशन है, नैशनल इम्यूनाइजेशन प्रोग्राम साढ़े चलता है, मैं वह एक तो पार्टीसपेंट रहा ये डिस्ट्रिक्ट ऑफिसर, तो उस केंद्र ही भेजता सी सारा वैक्सीनेशन, असी सारा लाने का प्रबंध करना सी, जो कोई पैसों का हिसाब से कर लेंगे सी। हूँ तीन रेट रख के 40,000 करोड़ रुपए का बेनीफिट उन्होंने दिता कंपनी नूं, प्राइवेट नूं, और आधार पूना वाला ने आप कहा कि असी 150 च वेच के भी सानू प्रॉफिट हो रहा सी, पर असी ज़्यादा प्रॉफिट कमाना सी। पंजाब सरकार ने यह जिहड़ी गतिविधि करी है ये अनएथिकल है, मैं इनू बड़ा इहदे च अमाउंट च नहीं जा रहा, मैं इस च भी नहीं जा रहा अमाउंट कित्थे वरती जा रही है, मैं इस च भी नहीं जा रहा भी किन्नियां डोजेस दित्तियां ने, मैं इस च भी नहीं जा रहा कि यह पैसा लिया किवें जा रहा है, मैं इस च भी नहीं जा रहा। ये पोलीटिकल बंद एलीगेशन ने वो इनकुआरी पता लग सकते हैं कि किने की करिया, मैं सिर्फ एक गलते जा रहा कि अनएथिकल स्टैंड है ये नाल इन्हों का जिहड़ा केंद्र सरकार के खिलाफ कैप्टन साहब ने स्टैंड लिया कि वो तीन भाग क्यों करे ने, वो टोटली वीक हो गया। वो कहिंदे तुसीं थोड़ी अपडेट दे दवां डॉक्टर कर तुहानू थोड़ी अपडेट दे दवां। प्रधानमंत्री साहब ने अनाउंस करता कि 21 जून तो सोमवार तो देश के हर सूबे 18 साल तो उपर के सारे नागरिकों नूं भारत सरकार सूबे नूं मुफ्त वैक्सीन मुहैया कराऊगी, ये अनाउंसमेंट हो गया सर। दैट आई नो, मैं जान के नहीं कहा। सवाल यह है, मैं बाद चाहना सी भी पहला गलत स्टैंड लिया उन्होंने, अच्छा इन्होंने भी कहता सी वापस ले लिया, वो स्टैंड गलत सी, वो स्टैंड टोटल गलत सी, अनएथिकल है। क्यों? दो गल करके है, एक यह है कि तुहाडे कोल आपदे कोल वैक्सीन नहीं, सारा 54 लाख डोज आई है, तुसीं अजे तक 52 लाख नूं ला सके हो, 51.5 लाख नूं, ते तुहाडी पापूलेशन पई है तकरीबन 1 करोड़ अजे जिन्हों लगना है, जिहड़ी एक्सपेक्टेंट पापूलेशन है, वैक्सीन तुहानू मिल नहीं रहा, केंद्र नाल तुसीं लड़ाई कर रहे हो, तुसीं प्राइवेट नूं क्यों बेचदे हो? क्योंकि प्राइवेट वास्ते वखरा कोटा रखे केंद्र ने, जो लै सकते ने बिलकुल लै लेना अपना। हुण अगला मेरा सवाल है, मन लो भी प्राइवेट नूं वैक्सीन नहीं मिलता, तां जिहड़ा एक पैसे वाला बंदा है तो वह डरदा भी है भी मैं सरकारी च जाके यार मैं इनफेक्शन नहीं करवाउणी, ये अपन पता ही है भी सरकारी चो ना प्रबंध नहीं हुंदा, भीड़ जरूर हुंदी है, मैं क्योंकि सारी उम्र इसे ही रहा, असी भीड़ नूं रोक नहीं सकते, फिर असी की कर सकते सी, असी बाकियों नूं मुफ्त ला रहे हां, असी थोड़े वैक्सीन किसी भी प्राइवेट हस्पतालां नूं दिंदे, असी कहिंदे कि तुसीं ये मुफ्त लाउणा है, तुसीं लाउण दे भी चार्जस कोई नहीं लैणे, इहनूं सेवावां नूं कराओ, असी क्योंकि बाकियां दे लाउणे आ इहनां नूं भी मुफ्त देता। नाल असी एक बेनती कर सकते सी कि जी तुसीं जे कोई डोनेशन देनी है ਤਾਂ ਦੇ ਦਿਓ, ਇਹਨੂੰ ਅਸੀਂ ਯੂਜ਼ ਕਰਾਂਗੇ ਸੀਐਮ ਰਿਲੀਫ ਫੰਡ 'ਚ, ਦੇ ਦਿਓ ਡੋਨੇਸ਼ਨ, ਔਰ ਲੋਕ ਦੇ ਦਿੰਦੇ, ਜ਼ਿਆਦਾ ਡੋਨੇਸ਼ਨ ਦੇ ਦਿੰਦੇ, ਆਪਾਂ ਲੰਗਰ ਛਕਦੇ ਹਾਂ ਉੱਥੇ ਬਾਹਰ ਪਈ ਹੁੰਦੀ ਆ ਆਪਣੀ ਗੋਲਕ, ਉਹਦੇ 'ਚ ਪਾ ਦਿਓ ਜਿੰਨੇ ਜਿੰਨੇ ਪਾਉਣੇ ਨੇ, ਜ਼ਿਆਦਾ ਹੀ ਪਾ ਕੇ ਆਉਂਦਾ ਬੰਦਾ ਜਿਹਦੇ ਕੋਲ ਹੈਗੇ ਨੇ, ਜਿਹਦੇ ਕੋਲ ਨਹੀਂ ਹੈਗੇ ਉਹਨੂੰ ਪਾਉਣ ਦੀ ਲੋੜ ਨਹੀਂ ਹੈ। ਸੋ ਜਿਹੜਾ ਇਹ ਵੇਚਣ ਦਾ ਜਿਹੜਾ ਤਰੀਕਾ ਸੀ, ਫਿਰ ਇਹ ਕਹਿ ਕੇ ਵੀ ਅਸੀਂ ਸੀਐਸਆਰ ਰਿਸਪੋਂਸੀਬਿਲਿਟੀ ਸੱਦੇ ਦੇ ਆ, ਸੀਐਸਆਰ ਮੀਨਸ ਉਹਨੂੰ ਟੈਕਸ ਰਿਬੇਟ, ਜੇ ਉਹਨਾਂ ਨੂੰ 1060 'ਚ ਕੰਪਨੀ ਤੋਂ ਮਿਲਣਾ ਸੀ ਤੇ ਉੱਥੇ ਟੈਕਸ ਰਿਬੇਟ ਤਾਂ ਨਹੀਂ ਨਾ ਮਿਲਣੀ ਸੀ, ਫਿਰ ਟੈਕਸ ਰਿਬੇਟ ਕਿਉਂ? ਸੋ ਇਸ ਕਰਕੇ ਬੜੀ ਵੱਡੀਆਂ ਗੱਲਾਂ ਨੇ, ਇਹ ਕੁਐਸਚਨ ਇਹ ਨਹੀਂ ਕਿ 5 ਕਰੋੜ ਰੁਪਇਆ ਆਉਣਾ ਸੀ, 2 ਕਰੋੜ ਆਉਣਾ ਸੀ, 1 ਕਰੋੜ ਆਉਣਾ ਸੀ, ਇਹ ਐਥੀਕਲ ਸਵਾਲ ਹੈ, ਇਹ ਇਹਨਾਂ ਦੇ ਸਟੈਂਡ ਦਾ ਸਵਾਲ ਹੈ, ਇਹ ਟੋਟਲੀ ਗਲਤ ਹੈ। ਔਰ ਇਹਦੇ ਵਿੱਚ ਇੱਥੋਂ ਤੱਕ ਗੱਲ ਹੋ ਗਈ ਹੈ ਕਿ ਪਤਾ ਲੱਗਦਾ ਕਿ ਬਿਊਰੋਕਰੇਸੀ ਰਾਜ ਕਰਦੀ ਹੈ, ਮੰਤਰੀ ਨੇ ਕਹਿਤਾ ਕਿ ਮੈਨੂੰ ਤਾਂ ਪਤਾ ਹੀ ਨਹੀਂ, ਤੁਸੀਂ ਉਹਨਾਂ ਨੂੰ ਪੁੱਛੋ ਸੈਕਟਰੀ ਨੂੰ। ਹੁਣ ਮੈਂ ਦੂਜੀ ਗੱਲ, ਫਿਰ ਮੰਤਰੀ ਬਾਅਦ 'ਚ ਇਹ ਕਿਉਂ ਕਹਿੰਦੇ ਅਸੀਂ ਵਾਪਸ ਲੈ ਲਿਆ ਫੈਸਲਾ? ਨਹੀਂ, ਉਹ ਮੰਤਰੀ ਨੂੰ ਫਿਰ ਜਦ ਦੇਖੋ ਆਪਾਂ ਇਸ ਪਾਸੇ ਨਾ, ਇਹ ਤੁਸੀਂ ਜਾਓ ਠੀਕ ਹੈ, ਮੈਂ ਨਹੀਂ ਜਾਵਾਂਗਾ, ਕਿਉਂਕਿ ਮੰਤਰੀ ਦੀ ਜ਼ਿੰਮੇਵਾਰੀ ਤਾਂ ਅਲਟੀਮੇਟ ਪੋਲੀਟੀਕਲ ਤੈਅ ਹੋਣੀ ਆ, 4-3 ਪੋਲੀਟੀਸ਼ੀਅਨ ਮੰਤਰੀ ਡਾਟਾ ਕਰ ਜੇ ਮੰਤਰੀ ਦੀ ਜ਼ਿੰਮੇਵਾਰੀ ਤੈਅ ਹੋ ਰਹੀ ਹੈ ਤੇ ਇਹ ਤਾਂ ਪੋਲੀਟੀਕਲ ਪਾਰਟੀਆਂ ਕਹਿ ਰਹੀਆਂ ਮੰਤਰੀ ਦਾ ਅਸਤੀਫਾ ਲਓ, ਉਹਨਾਂ ਦੇ ਕ੍ਰਿਮੀਨਲ ਕੇਸ ਦਰਜ ਕਰੋ। ਉਹ ਮੈਂ ਇਸ ਗੱਲ 'ਤੇ, ਉਹ ਇਹ ਇਹਨਾਂ ਦਾ ਕੰਮ ਹੈ,
बाबू करता हूं इतने कम लाया जी इतने फुट स्टाप लाया जी पॉलिटिशियन कदे बाबूगिरी नहीं करेगा पॉलिटिशियन पालसी की गल करेगा क्या ठीक है ये पालसी कितने ना कितने उकाई होगी यदि जिम्मेवारी साड़ी है जिनी मर्जी हुई होकाई और ये मैं मुख्यमंत्री दोहां नाल काम करिया कैप्टन साहब नाल भी ते बादल साहब नाल भी मैं उन्होंने ये गल्लां करते देखे 2006 च पेपर लीक करता पंजाब न्यूज ने PMT का कैप्टन साहब कपूर सड़े थे जलंधर असी फोन कराया सवेरे 4 बजे कह जी बाथरूम चाहे 5 मिनट आ जाते थोड़े ना गल करा दें आए तीन सवाल उन्होंने पूछे थोड़ा तो नहीं होया ये तो नहीं होया नाल दियां फैसला अपना पैरल पेपर दे दो ये हुंदा फैसला पॉलिटिशियन ने फैसला करना हुंदा ना कि इस जस्टिफिकेशन च पहना हुंदा भी आए हो गया हुन फलाना हो गया पॉलिटिशियन इज नॉट टू से दीज नीटिग्रिटी वास्ते बाबू रखे हुए इतने किटा की गल है वह अफसर ये जिहड़ियां वैक्सीनेशन दिती गई है ये जितनी भी इन्हों के एडवाइजर करके दी गई है क्योंकि उही एडवाइजर है जोड़ा वो पहला अकाली सरकार वे भी उही इन्ह वे भी उही है क्योंकि इन्होंने कोई लभद नहीं एडवाइजर वो एडवाइजर मैक्स हस्पताल के लग्या हुआ उत्थे हितों का टकरा है सर कौन एडवाइजर किन्ना नाम है तलवार साहब की गल कर रहे हो तुसी हाँ हाँ 30,000 डोज कभी मैक्स हस्पताल में गई है 43,000 के किमें गई वो किने दिती क्यों दिती बंदे को पता होना चाहिए भी नहीं यार ये नहीं करना यह माड़ी गल है जोड़ा बंदा योजा कर सकता है चाहे मेडिकल कॉलेज प्रिंसीपल लाना सी उत्थे बदलती शर्त बदलती कोरिजेंडम जारी कर डाटा कर फिर थोड़ा सर सवाल सीधा कर लिया आप मैंने जवाब दे दो कार्रवाई कितनी होनी चाहिए हेल्थ सैकटरी से चीफ सैकटरी से एडवाइजर से देखो जी पूरी इनकुआरी होकर पहली गल एडवाइजर एडवाइजर तो रखना ही नहीं चाहिए अच्छा सरकार की बेसी भी हुई है वो पहली सरकार भी हूँ भी सी उन्हें अपने हित ने जिते हितों का टकरा हो उसे एडवाइजर रखना उन्होंने एडवाइज या तो मैक्स छड़ दे जा फिर वो एडवाइजर ना रहे उन्होंने आप ही छड़ देना चाहिए मैं क्या कहूंगा उन्होंने आप छड़ना चाहिए यह कोई मतलब भी नहीं है ठीक है असं कहने भी जो थोड़ा बच्चा अपीयर हो रहा एग्जाम च तुम एग्जामिनर नहीं बन सकते जिन्हें मर्जी कर लो ठीक है सर सो इस करके एक नंबर दूजे उत्ते हाई लेवल प्रो होकर गल देखना चाहिए पर प्रो का कोई बहुता फायदा नहीं होना क्योंकि इतने घपले तो सारी चलते हैं इन्होंने किदे कोशिश करी है पिछले 4 साल के जी दवाइया हेरा फेरी होंगी आई है जिड़िया सब स्टैंडर्ड दवाइया खरीदिया जा रही ने लोगों दवाइया जनऔषधि सदे नहीं मिली उसे कदे कोई इनकुआरी हुई है नहीं हुई नहीं होगी रीजनस की ने फूड फूड कमिश्नर भी तो भी चार्ज थे जानी साहब थे मिनिस्टर मैं जी इन्होंने तो अकाली BJP होर को बंदा ही नहीं लगता एक बंदा लभ्या होया फूड कमिश्नर भी ड्रग कमिश्नर भी हेल्थ सिस्टम कारपोरेशन भी सैकटरी भी फलाना भी NRHM भी एड्स कंट्रोल भी सो हूँ भी उही है जिहड़ा बंदा इहो जिहा गल्लां करे भी तुसीं कोर्ट च केस पाता तेल माले का चंगी गल है साढ़े तो होर पैसे बनने शुरू हो गए जिहड़ा केस पाने वाले नूं ये कह सकता है भी ठीक हो गया होर पा दो चाहे साढ़े तो पैसे बनने ने इस तो माड़ी गल कोई हो नहीं सकती जे ये जो ब्यूरोक्रेट होणगे मैं कहना बंदा जिहड़े बंदे माड़े मोटे करप्ट हुंदे ना वो भी ये कोशिश करते हैं कहते भी नहीं यार असीं कोशिश करते हैं अगे तो ठीक करांगे होर है जिहड़ा बंदा शर्म कहण लग जिहड़ा मैं थोनू कानून दी थोनू लोकां दी थोनू अख शर्म ठीक
ਅਰਸ਼ਪ੍ਰੀਤ ਖੜਿਆਲ, ਡਾਕਟਰ ਗਰਗ ਨੇ ਸਿੱਧਾ ਐਡਵਾਈਜ਼ਰ 'ਤੇ ਸਵਾਲ ਚੱਕਦੇ ਆ ਕਿ ਪਿਛਲੀ ਸਰਕਾਰ ਵੇਲੇ ਵੀ ਉਹੀ ਐਡਵਾਈਜ਼ਰ ਸੀ ਅਤੇ ਜਦੋਂ ਐਡਵਾਈਜ਼ਰ ਦੇ ਨਿੱਜੀ ਹਿੱਤਾਂ ਦਾ ਮਾਮਲਾ ਆ ਜਾਵੇ ਫਿਰ ਸਰਕਾਰ ਨੂੰ ਪਹਿਲਾਂ ਐਕਸ਼ਨ ਲੈ ਲੈਣਾ ਚਾਹੀਦਾ, ਉਸ ਤੋਂ ਬਾਅਦ ਅਗਲੇ ਬਿਆਨ ਦੇਣੇ ਚਾਹੀਦੇ ਆ? ਖੜਿਆਲ ਸਾਹਿਬ, ਇਹ ਸਾਰਾ ਬਿਊਰੋਕਰੇਸੀ ਦਾ ਮਾਮਲਾ। ਦੇਖੋ, ਪਹਿਲੀ ਗੱਲ, ਇੱਕ ਐਲੀਗੇਸ਼ਨ ਦੇ ਵਿੱਚ ਤੇ ਕਿਸੇ ਚੀਜ਼ ਨੂੰ ਸਾਬਿਤ ਹੋਣ ਦੇ ਵਿੱਚ ਬੜਾ ਫਰਕ ਹੁੰਦਾ। ਐਲੀਗੇਸ਼ਨ ਦੇ ਵਿਚਾਲੇ ਪ੍ਰੂਫ ਤੁਹਾਨੂੰ ਹੋਰ ਕੀ ਚਾਹੀਦੇ? ਡਾਕਟਰ ਗਰਗ ਕਹਿ ਰਹੇ ਆ ਮੈਕਸ ਦੇ ਨਾਲ ਜੁੜੇ ਹੋਏ ਆ। ਖੜਿਆਲ ਸਾਹਿਬ, ਆਪਾਂ ਇਹਨੂੰ ਵੀ ਡਿਨਾਈ ਕਰੀ ਜਾਂਦੇ ਸਰ? ਏਦਾਂ ਤਾਂ ਨਾ ਕਰੋ ਨਾ ਸਰ, ਸਾਰੇ ਦਰਸ਼ਕ ਸੁਣਦੇ ਪਏ ਆ, ਸਾਰੇ ਲੋਕ ਸੁਣਦੇ ਪਏ ਤੁਹਾਨੂੰ। ਘੱਟੋ ਘੱਟ ਆਪਾਂ ਇੰਨਾ ਕੁ ਤਾਂ ਰੱਖੀਏ ਨਾ ਵੀ ਆਪਾਂ ਇਹ ਤਾਂ ਸੁਣ ਲਈਏ ਨਾ ਆਪਾਂ ਜਿੱਥੇ ਟਕਰਾਅ ਹੋ ਰਿਹਾ, ਬਾਕੀ ਗੱਲਾਂ ਤੁਸੀਂ ਮਰਜ਼ੀ ਕਹੀ ਚੱਲੋ। ਗੱਲ ਸੁਣੋ ਸਿੰਘ ਸਾਹਿਬ, ਮੇਰੀ ਗੱਲ ਤਾਂ ਹਾਂ, ਬੋਲੋ ਬੋਲੋ। ਮੈਂ ਇਹ ਕਹਿ ਰਿਹਾ, ਦੇਖੋ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਹੈ, ਇੱਥੇ ਕਲੇਰ ਸਾਹਿਬ ਬੈਠੇ ਹੈ, ਵਕੀਲ ਨੇ, ਉਹਨਾਂ ਨੂੰ ਵੀ ਪੁੱਛੋ। ਵਨ ਇਜ਼ ਟੂ ਬੀ ਪ੍ਰੀਜ਼ੂਮਡ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ। ਇਹ ਪ੍ਰੂਵ ਜਦੋਂ ਤੱਕ ਨਹੀਂ ਹੁੰਦਾ ਉਦੋਂ ਤੱਕ ਕੁਛ ਕੋਈ ਕਿਸੇ ਤੇ ਉਂਗਲ ਨਹੀਂ ਚੱਕ ਸਰ। ਇੱਕ ਬੰਦਾ ਸਰ ਦੋ ਥਾਵਾਂ ਤੇ ਕੰਮ ਕਰ ਸਕਦਾ? ਖੜਿਆਲ ਸਾਹਿਬ, ਮੈਨੂੰ ਜਵਾਬ ਦੇ ਦਿਓ ਸਰ। ਇੱਕ ਬੰਦਾ ਦੋ ਥਾਵਾਂ ਤੇ ਕੰਮ ਕਰ ਸਕਦਾ ਸਰ? ਜੇ ਇੱਕ ਬੰਦਾ ਦੋ ਥਾਵਾਂ ਤੇ ਕੰਮ ਕਰ ਸਕਦਾ ਸਰ, ਸੁਣ ਤਾਂ ਲਓ ਨਾ ਖੜਿਆਲ ਸਾਹਿਬ, ਸੁਣ ਲਓ ਸਰ, ਤੁਹਾਨੂੰ ਪੂਰਾ ਮੌਕਾ ਮਿਲੂਗਾ। ਖੜਿਆਲ ਸਾਹਿਬ, ਸੁਣ ਲਓ, ਇਨਕੁਆਇਰੀ ਬਿਠਾਵਾਂਗੇ ਅਸੀਂ, ਆਪ ਇਨਕੁਆਇਰੀ ਬਿਠਾਵਾਂਗੇ। ਅਸੀਂ ਕਹਿ ਰਹੇ ਹਾਂ ਜੇ ਕਿਤੇ ਲੈਕਸਿਟੀ ਹੋਊਗੀ, ਐਨ ਐਕਸ਼ਨ ਵੁੱਡ ਬੀ ਟੇਕਨ ਐਸ ਸੂਨ ਐਸ ਪੋਸੀਬਲ। ਇਹਦੇ ਵਿੱਚ ਕੋਈ ਡਾਊਟ ਹੀ ਹੋਣਾ ਚਾਹੀਦਾ। ਜਿਹੜਾ ਡਾਕਟਰ ਗਰਗ ਨੇ ਕਿਹਾ, ਡਾਕਟਰ ਗਰਗ ਨੇ ਕਿਹਾ, ਇੱਕ ਮਿੰਟ ਸਰ ਸੁਣ ਲਓ, ਖੜਿਆਲ ਸਾਹਿਬ ਸੁਣ ਲਓ ਸਰ, ਦੇਖੋ ਤੁਸੀਂ ਗੱਲ ਪੂਰੀ ਕਰੀਓ, ਤੁਸੀਂ ਗੱਲ ਕਹੀਓ, ਕੋਈ ਦਿੱਕਤ ਨਹੀਂ। ਖੜਿਆਲ ਸਾਹਿਬ ਸੁਣਨ ਦਾ ਮਾਤਾ ਵੀ ਰੱਖਿਆ ਕਰੋ, ਖੜਿਆਲ ਸਾਹਿਬ ਸੁਣਨ ਦਾ ਮਾਤਾ ਵੀ ਰੱਖਿਆ ਕਰੋ, ਪਲੀਜ਼ ਖੜਿਆਲ ਸਾਹਿਬ, ਡਾਕਟਰ ਗਰਗ, ਖੜਿਆਲ ਸਾਹਿਬ ਜਿੰਨੇ ਮਰਜ਼ੀ ਮਿੰਟ ਲਈਓ, ਤੁਹਾਡਾ ਹੀ ਵੇਲਾ ਸਾਰਾ, ਤੁਹਾਡਾ ਹੀ ਵੇਲਾ, ਮੈਂ ਕੀ ਵੇਲਾ ਕਰਨਾ? ਡਾਕਟਰ ਗਰਗ ਕਹਿ ਰਹੇ ਹੈ ਕਿ ਤਲਵਾਰ ਸਾਹਿਬ ਦੇ ਨਿੱਜੀ ਹਿੱਤ ਹੈ, ਮੈਕਸ ਦੇ ਵਿੱਚ 43,000 ਦੇ ਵਿੱਚੋਂ 30,000 ਡੋਜ਼ ਦੇਈ ਜਾਂਦੇ ਆ ਉਹ, ਹਜੇ ਤੁਹਾਨੂੰ ਵੀ ਲੱਗਦਾ ਕਿ ਇਨਕੁਆਇਰੀ ਕਰਾ ਕੇ ਹੀ ਸਾਰਾ ਕੁਝ ਕਰਾਂਗੇ ਅਸੀਂ, ਤੁਹਾਨੂੰ ਪਹਿਲੇ ਐਕਸ਼ਨ ਵਿੱਚ ਕੁਝ ਵੀ ਨਹੀਂ ਲੱਗ ਰਿਹਾ? ਕਿਸੇ ਦੇ ਕਹਿਣ ਨਾਲ ਹੈ, ਕਿਸੇ ਦੇ ਕਹਿਣ ਨਾਲ ਹੈ, ਪਹਿਲਾਂ ਆ ਰਹੀਆਂ ਸੀਗੀਆਂ ਉਹ ਤੋਂ ਬਾਅਦ ਸੈਂਟਰ ਨੇ ਇੰਨੀ ਬੇਕਾਰ ਮੈਂ ਕਹੂੰਗਾ ਐਕਟੀਵਿਟੀ, ਇੱਕ ਐਗਜ਼ੀਕਿਊਸ਼ਨ ਕੀਤੀ ਵੀ ਸਾਰੀ ਦੁਨੀਆ ਨੂੰ ਵੈਕਸੀਨੇਸ਼ਨ ਵੰਡਤੀ ਜਦੋਂ ਅੱਧੇ ਤੋਂ ਵੱਧ ਇੰਡੀਆ ਦੇ ਲੋਕ ਹਜੇ ਵੈਕਸੀਨੇਟ ਹੋਣੇ ਸੀਗੇ, ਉਹਦੇ ਕਰਕੇ ਉਹਦਾ ਇੰਪੈਕਟ ਆਇਆ ਇਹਦੇ ਤੇ। ਇਹਦੇ ਵਿੱਚ ਪੰਜਾਬ ਗਵਰਨਮੈਂਟ ਰਿਸਪੋਂਸੀਬਲ ਨਹੀਂ ਹੋਣੀ ਚਾਹੀਦੀ, ਸਿਰਫ ਸੈਂਟਰਲ ਗਵਰਨਮੈਂਟ ਦਾ ਇਹ ਚ ਰੋਲ ਅਦਾ। ਫਿਰ ਤੁਸੀਂ ਜਾਂਚ ਕਾਹਦੀ ਕਰਾ ਰਹੇ ਹੋ? ਫਿਰ ਤੁਸੀਂ ਜਾਂਚ ਕਾਹਦੀ ਕਰਾ ਰਹੇ ਹੋ? ਖੜਿਆਲ ਸਾਹਿਬ, ਗੱਲ ਸੁਣ ਲਓ, ਜਾਂਚ ਕਾਹਦੀ ਕਰਾਉਣੀ? ਪਰ ਛੱਡੋ ਨਾ, ਕੇਂਦਰ ਹੀ ਸਾਰੇ ਦੋਸ਼ੀ ਹੈ। ਸਿੰਘ ਰੁਕੋ, ਦੇਖੋ ਸੈਂਟਰਲ ਗਵਰਨਮੈਂਟ ਨੇ ਇੰਡੀਆ ਨੂੰ ਪ੍ਰਾਇਓਰਟਾਈਜ਼ ਨਾ ਕਰਕੇ ਦੂਜੇ ਦੇਸ਼ਾਂ ਨੂੰ ਪ੍ਰਾਇਓਰਟਾਈਜ਼ ਸਰ, ਹਰ ਚੀਜ਼ ਆਪਾਂ ਸੈਂਟਰ ਤੇ ਵੀ ਨਹੀਂ ਪਾ ਸਕਦੇ ਨਾ ਖੜਿਆਲ ਸਾਹਿਬ, ਜਿਹੜੀ ਆਪਣੀ ਜ਼ਿੰਮੇਵਾਰੀ ਉਹ ਤਾਂ ਨਿਭਾਉਣੀ ਪੈਣੀ ਹੈ ਨਾ, ਹਰ ਚੀਜ਼ ਆਪਾਂ ਸੈਂਟਰ ਤੇ ਛੱਡ ਦਿੰਦੇ ਆ। ਇਹ ਅਕਾਲੀ ਦਲ ਉਹੀ ਪਾਰਟੀ ਹੈ ਜਿਹੜੀ ਅਲਾਇੰਸ ਸੀ ਇਹਨਾਂ ਨਾਲ, ਇੰਨੇ ਸਾਲਾਂ ਤੱਕ ਮੋਢੇ ਨਾਲ ਮੋਢਾ ਲਾ ਕੇ ਜੋੜ ਦਿੱਤੀ। ਅਕਾਲੀ ਦਲ ਨੇ ਤਾਂ ਨਹੀਂ, ਅਕਾਲੀ ਦਲ ਨੇ ਤਾਂ ਟੀਕੇ ਚੱਕ ਲਏ, ਆਪਾਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਆ। ਹਾਂ ਚਲੋ, ਮੈਂ ਥੋੜਾ ਬ੍ਰੇਕ ਲਵਾਂਗਾ ਖੜਿਆਲ ਸਾਹਿਬ, ਬ੍ਰੇਕ ਲੈਣਾ ਪੈਣਾ ਮੈਨੂੰ। ਠੀਕ ਹੈ ਸਰ, ਅਕਾਲੀ ਦਲ ਦਾ ਮੁੱਦਾ ਥੋੜੀ ਹੈ ਇਹ, ਲੋਕਾਂ ਦਾ ਮੁੱਦਾ ਸਰ, ਅਕਾਲੀ ਦਲ ਦਾ ਮੁੱਦਾ ਨਹੀਂ ਹੈਗਾ। ਮੈਂ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਊਂਗਾ, ਮੈਂ ਬ੍ਰੇਕ ਲੈ ਲਵਾਂ ਸਰ। ਖੜਿਆਲ ਸਾਹਿਬ ਰੁਕ ਜਾ ਕਰੋ ਨਾ, ਇਦਾਂ ਨਾ ਕਰਿਆ ਕਰੋ ਪਲੀਜ਼, ਮੈਂ ਥੋੜਾ ਬ੍ਰੇਕ ਲਵਾਂ, ਬ੍ਰੇਕ ਤੋਂ ਵਾਪਸ ਆਵਾਂਗੇ। ਕੋਰੋਨਾ ਟੀਕੇ ਤੋਂ ਫਤਿਹ ਕਿੱਟ ਤੱਕ ਕਿਉਂ ਕਰੀ ਕੈਪਟਨ ਸਰਕਾਰ? ਜਦੋਂ ਜਵਾਬ ਨਾ ਹੋਵੇ ਤਾਂ ਬਹਿਸ ਇਹੋ ਜਿਹੀ ਹੋ ਜਾਂਦੀ ਹੈ। ਜਵਾਬ ਲਵਾਂਗੇ ਜ਼ਰੂਰ, ਵਾਪਸ ਆ ਰਹੇ। ਇੱਕ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਕਰੋਨਾ ਟੀਕੇ ਤੋਂ ਫਤਿਹ ਕਿੱਟਾ ਕਿਉਂ ਕਰੀ ਕੈਪਟਨ ਸਰਕਾਰ? ਅਸੀਂ ਤੁਹਾਡਾ ਸਵਾਲ ਇੱਕੋ ਪੁੱਛ ਰਹੇ, ਕਰੋਨਾ ਦੇ ਨਾਮ 'ਤੇ ਕਥੇ ਘੁਟਾਲੇ 'ਚ ਫਸੀ ਕੈਪਟਨ ਸਰਕਾਰ, ਹੁਣ ਕੀ ਜਵਾਬ ਦੇਵੇਗੀ? ਅਕਲੇਰ ਸਾਹਿਬ, ਤੁਹਾਨੂੰ ਪਤਾ ਐਡਵਾਈਜ਼ਰ ਸਾਹਿਬ ਬਾਰੇ, ਐਡਵਾਈਜ਼ਰ ਸਾਹਿਬ ਦੀ ਭੂਮਿਕਾ ਕੀ ਹੈ? ਜੋ ਡਾਕਟਰ ਗਰਗ ਨੇ ਸਵਾਲ ਚੁੱਕਿਆ। ਕੇਪੀ ਜੀ, ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਪੰਜਾਬ ਸਰਕਾਰ ਨੇ ਬਹੁਤ ਗਲਤ ਅਪਾਇੰਟਮੈਂਟਾਂ ਕੀਤੀਆਂ ਹੋਈਆਂ ਨੇ, ਪਰ ਗੱਲ ਜੋ ਅੱਜ ਦਾ ਸਮਾਂ, ਉਹ ਪਹਿਲਾਂ ਵੀ ਤੁਹਾਡੀ ਸਰਕਾਰ 'ਚ ਵੀ ਰਹੇ ਆ, ਡਾਕਟਰ ਗਰਗ ਇਹ ਵੀ ਨਾਲ ਦੱਸਦੇ ਪਏ ਆ। ਮੈਂ ਫਿਰ ਕੇਪੀ ਜੀ ਗੱਲ ਕਹਿ ਰਿਹਾ ਕਿ ਆਪਾਂ ਗੱਲ ਉਸ ਗੱਲ ਤੇ ਕਰੀਏ, ਅਪਾਇੰਟਮੈਂਟਾਂ ਇਹਨਾਂ ਨੇ ਜੋ ਕੀਤੀਆਂ ਨੇ ਉਹਨਾਂ ਨੂੰ ਛੱਡ ਦਿਓ। ਮੈਨੂੰ ਤਾਂ ਮੋਟੇ ਮੋਟੇ ਇੱਕ ਗੱਲ ਦਾ ਜਵਾਬ ਚਾਹੀਦਾ ਕਿ ਜੇ ਪ੍ਰਾਈਵੇਟ ਹਸਪਤਾਲ ਦੀ ਐਡਵਰਟਾਈਜ਼ਮੈਂਟ ਚੀਫ ਸੈਕਟਰੀ ਨੇ ਕਿਉਂ ਕੀਤੀ? ਬਸ ਇਹ ਜਵਾਬ ਖੜਿਆਲ ਸਾਹਿਬ ਦੇ ਦੇਣ ਕਿ ਚੀਫ ਸੈਕਟਰੀ ਆਪਣੇ ਟਵਿੱਟਰ ਅਕਾਊਂਟ ਤੇ ਪਾ ਕੇ ਦੋ ਪ੍ਰਾਈਵੇਟ ਹਸਪਤਾਲਾਂ ਨੂੰ ਕਿਉਂ ਪ੍ਰਮੋਟ ਕਰ ਰਹੇ ਨੇ? ਦੂਜੀ ਗੱਲ ਇਹ ਕਹਿੰਦੇ ਨੇ ਕਿ ਜੀ ਕੁਛ ਨੀ ਹੋਇਆ, ਅਗਰ ਕੁਛ ਨੀ ਹੋਇਆ ਤਾਂ ਫੈਸਲਾ ਵਾਪਸ ਕਿਉਂ ਲਿਆ?
ਤੀਜੀ ਗੱਲ ਅੱਜ ਹਾਈ ਕੋਰਟ ਦੇ ਵਿੱਚ ਜਿਹੜਾ ਮਾਮਲਾ ਚਲਾ ਗਿਆ ਫਤਿਹ ਕਿੱਟਾਂ ਦਾ, ਉੱਥੇ ਹਾਈ ਕੋਰਟ ਨੇ ਨੋਟਿਸ ਇਸ਼ੂ ਕਰਤਾ, ਤੁਸੀਂ ਟੈਂਡਰ ਨੂੰ ਵੀ ਇੱਕ ਪਾਸੇ ਇਸ ਤਰੀਕੇ ਦੇ ਨਾਲ ਕਰਤਾ ਕਿ ਟੈਂਡਰ ਦੇ ਵਿੱਚ ਵੀ ਤੁਸੀਂ ਘੱਟੋ ਘੱਟ 20-22 ਕਰੋੜ ਦਾ ਘਪਲਾ ਕਰਤਾ। ਪਰ ਇੱਕ ਗੱਲ ਤੇ ਮੈਂ ਕੇਪੀ ਜੀ ਇੱਕ ਗੱਲ ਪੁੱਛਣੀ ਚਾਹੁੰਦਾ, ਸਿਰਫ ਮੈਨੂੰ ਸਿਰਫ ਤੇ ਸਿਰਫ ਇੱਕ ਗੱਲ ਦੱਸੀ ਜਾਵੇ ਕਿ ਪੰਜਾਬ ਸਰਕਾਰ ਹੈ ਜਿਹੜੀ, ਇਹ ਕੀ ਗੱਲ ਹੁਣ ਵਪਾਰ ਦੇ ਉੱਤੇ ਉਤਰੀ ਹੋਈ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੂੰ ਅਪਰੋਚ ਕੀਤਾ ਸੀ ਕਿ ਅਸੀਂ ਵੈਕਸੀਨੇਸ਼ਨ ਲਾਉਣੀ ਹੈ, ਤੁਸੀਂ ਸਾਨੂੰ ਵੈਕਸੀਨੇਸ਼ਨ ਦੇ ਦਿਓ। ਇਹਨਾਂ ਨੇ ਸ਼੍ਰੋਮਣੀ ਕਮੇਟੀ ਤੋਂ 1060 ਰੁਪਇਆ ਮੰਗਿਆ, 1060 ਰੁਪਇਆ। ਅਸੀਂ ਸਿੱਧੀ ਵੈਕਸੀਨ ਆਰਡਰ ਕੀਤੀ, ਸਿੱਧੀ ਲਿਆਈ, ਮੁਫ਼ਤ ਲਾ ਰਹੇ ਹਾਂ, ਜਦਕਿ ਅਸੀਂ ਮੁਫ਼ਤ ਲਾਉਣੀ ਸੀ। ਔਰ ਸੋਚੋ ਪੰਜਾਬ ਸਰਕਾਰ ਕਿੰਨੇ ਘਟੀਆ ਹੱਥਕੰਡੇ ਤੇ ਹੈ ਕਿ ਮੁਫ਼ਤ ਲਾਉਣ ਲਈ ਵੀ ਸਾਨੂੰ 1060 ਰੁਪਏ 'ਚ ਵੈਕਸੀਨ ਦੇ ਰਹੇ ਸੀ, ਇਹ ਔਨ ਰਿਕਾਰਡ ਹੈ। ਠੀਕ ਸੰਗੜਾ ਸਾਹਿਬ, ਐਕਸ਼ਨ ਗਿਣਤੀ ਹੋਣਾ ਚਾਹੀਦਾ। ਤੁਸੀਂ ਇਕੱਲਾ ਬਲਬੀਰ ਸਿੱਧੂ ਦਾ ਅਸਤੀਫਾ ਮੰਗੀ ਜਾਂਦੇ ਹੋ, ਉਸ ਦੇ ਨਾਲ ਹੈ ਜਿਹੜੇ ਹੋਰ ਅਫਸਰ ਹੈ, ਬਿਊਰੋਕਰੇਸੀ ਹੈ, ਉਹਦੀ ਤੁਸੀਂ ਗੱਲ ਹੀ ਨਹੀਂ ਕਰਦੇ ਪਏ ਸੰਗੜਾ ਸਾਹਿਬ, ਕਿ ਤੁਹਾਡਾ ਸਿਰਫ ਪੋਲੀਟੀਕਲ ਮੋਟਿਵ ਹੈ ਬਲਬੀਰ ਸਿੱਧੂ ਨੂੰ ਲਾਓ ਬਸ ਗੱਲ ਖਤਮ ਕਰੋ? ਨਹੀਂ, ਮੈਂ ਅਸੀਂ ਇੱਦਾਂ ਨਹੀਂ ਹੈ, ਇਹ ਤਾਂ ਜਦੋਂ ਕੋਈ ਗੱਲ ਇੱਕ ਜ਼ਿਆਦਾ ਹਾਈਲਾਈਟ ਹੋ ਜਾਂਦੀ ਹੁੰਦੀ ਆ, ਅਸੀਂ ਵਾਰ ਵਾਰ ਡਿਬੇਟਸ ਵਿੱਚ ਵੀ, ਵੈਸੇ ਵੀ ਸਾਡੀ ਪਾਰਟੀ ਦਾ ਸਟੈਂਡ ਹੈ ਕਿ ਇਹਦੀ ਇਨਕੁਆਇਰੀ ਕਰਵਾਈ ਜਾਵੇ। ਸੀਨੀਅਰ ਅਫੀਸ਼ੀਅਲ ਚਾਹੇ ਕੈਪਟਨ ਸਾਹਿਬ ਦੇ ਜਿਹੜੇ ਕੁਲੀਗ ਨੇ ਕੈਬਨਿਟ ਦੇ, ਅਸੀਂ ਵਾਰ ਵਾਰ ਕਿਹਾ, ਅਦਰ ਕੁਲੀਗਸ ਆਫ ਕੈਬਨਿਟ ਆਫ ਦੀ ਪੰਜਾਬ ਗਵਰਨਮੈਂਟ। ਮੈਂ ਇਹਦੇ ਚ ਟੈਕਨੀਕਲ ਗੱਲਾਂ 2 ਮਿੰਟ ਕੇਪੀ ਸਿੰਘ ਜੀ ਕਰ ਲੈਣ ਦਿਓ। ਕਰ ਲਿਓ ਸੰਗੜਾ ਸਾਹਿਬ, ਪਹਿਲਾਂ ਇੱਕ ਸਵਾਲ ਦਾ ਜਵਾਬ ਦੇ ਦਿਓ, ਕਰ ਲਓ ਤੁਸੀਂ ਟੈਕਨੀਕਲ ਗੱਲਾਂ। ਤੁਸੀਂ ਤਾਂ ਸਿੱਧਾ ਕਹਿ ਦਿੱਤਾ ਸੋਨੀਆ ਗਾਂਧੀ, ਰਾਹੁਲ ਗਾਂਧੀ ਤੱਕ ਪੈਸੇ ਗਏ ਆ, ਇਹ ਕਿੱਥੋਂ ਕਹਿ ਦਿੱਤੇ ਫਿਰ? ਹਾਂ ਬਿਲਕੁਲ, ਅਸੀਂ ਹੁਣ ਵੀ ਕਹਿੰਦੇ ਹਾਂ, ਮੈਂ ਹੁਣ ਵੀ ਕਹਿ ਰਿਹਾ, ਕਲੀਅਰ ਕੱਟ। ਮੈਂ ਕਹਿ ਰਿਹਾ ਵੀ ਮੈਂ ਤਾਂ ਇਹਨਾਂ ਤੋਂ ਸਵਾਲ ਪੁੱਛ ਰਹੇ ਹਾਂ ਵੀ ਇਹ ਪੈਸੇ ਗਏ ਜਿਹੜੇ ਉਹਨਾਂ ਨੇ ਵੀ ਨਹੀਂ ਸਵਾਲ ਚੁੱਕਿਆ। ਬਹੁਤ ਇਹ ਬਹੁਤ ਸੀਰੀਅਸ ਗੱਲ ਆ ਕੇਪੀ ਸਿੰਘ ਜੀ, ਇਹ ਜਿਹੜੀ ਰੈਗੂਲਰ ਵੈਕਸੀਨ ਨਹੀਂ ਹੈਗੀ, ਇਹ ਲਾਈਫ ਸੇਵਿੰਗ ਵੈਕਸੀਨ ਹੈ, ਲਾਈਫ ਸੇਵਿੰਗ ਡਰੱਗ ਹੈ, ਇਹਦੇ ਵਿੱਚ ਵਪਾਰ ਦੀ ਪ੍ਰੋਵੀਜ਼ਨ ਹੈ ਨਹੀਂ ਗੀ, ਇਲੀਗਲ ਆ ਇਹ। ਜੇ ਇਹਨਾਂ ਨੇ ਪ੍ਰਾਈਵੇਟ ਹਸਪੀਟਲ ਨੂੰ ਦੇਣੀ ਵੀ ਸੀ ਨਾ, ਉੱਥੇ ਲਵਾਉਣੀ ਵੀ ਸੀਗੀ, ਉਹ 400 ਰੁਪਏ ਤੇ ਲੱਗਣੀ ਚਾਹੀਦੀ ਸੀ ਇਹਨਾਂ ਦੀ ਨਿਗਰਾਨੀ ਦੇ ਵਿੱਚ, ਇਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਦੀ ਸੁਪਰਵੀਜ਼ਨ ਦੇ ਵਿੱਚ। ਨੰਬਰ 2 ਤੇ ਜਿਹੜੀ ਫਤਿਹ ਕਿੱਟ ਘੁਟਾਲਾ ਆ, ਨੈਸ਼ਨਲ ਵਿਜੀਲੈਂਸ ਕਮਿਸ਼ਨ ਦੀਆਂ ਹਦਾਇਤਾਂ ਨੇ, ਔਰ ਦੋਨੇ ਯਾ ਨੌਜਵਾਨ ਕਾਂਗਰਸ ਵਾਲੇ ਵੀ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਵੀ, ਦੋਨੇ ਵਕੀਲ ਨੇ ਮੁੰਡੇ, ਇਹਨਾਂ ਨੂੰ ਤਾਂ ਇਸ ਗੱਲ ਦਾ ਕਲੀਅਰ ਕੱਟ ਪਤਾ ਆ ਕਿ ਜਦੋਂ ਅਸੀਂ ਟੈਂਡਰ ਕਰਦੇ ਹਾਂ ਨਾ, ਜੇ 900 ਰੁਪਏ ਦਾ ਟੈਂਡਰ ਹੈ ਤੇ 910 ਰੁਪਏ ਦਾ ਵੀ ਜੇ ਗਵਰਨਮੈਂਟ ਮਨਜ਼ੂਰ ਕਰਦੀ ਹੈ ਤਾਂ ਉਹ ਇਲੀਗਲ ਹੈ। ਹਰ ਵਾਰੀ ਟੈਂਡਰ ਤੇ ਟੈਂਡਰ ਦੀ ਪ੍ਰਾਈਸ ਨਾਲੋਂ ਵੱਧ ਤੇ ਠੇਕਾ ਦਿੱਤਾ ਗਿਆ, ਵੱਧ ਤੇ ਉਹ ਐਕਸੈਪਟ ਕੀਤਾ ਗਿਆ, ਔਰ ਉਹਦੀ ਪ੍ਰਾਈਸ ਐਕਸਲੇਸ਼ਨ ਜਿਹੜੀ ਆ ਓਵਰ ਆ ਪੀਰੀਅਡ ਆਫ ਟਾਈਮ ਕਲੀਅਰ ਕੱਟ ਹੁੰਦੀ ਗਈ ਆ। ਕਲੀਅਰ ਕੱਟ ਕੱਪੜੇ ਨੇ, ਕਲੀਅਰ ਕੱਟ ਅੰਡਰ ਹੈਂਡ ਮਨੀ ਗਿਆ ਹੋਊਗਾ, ਉਹ ਕੱਪੜੇ ਚ ਸਾਹਮਣੇ ਆਊਗਾ। ਠੀਕ ਹੈ ਅਸ਼ਵੀ ਖੜਿਆਲ ਸਰ, ਸਿੱਧਾ ਸਿੱਧਾ ਸਵਾਲ ਹੈ, ਉਹਦਾ ਜਵਾਬ ਦੇ ਦਿਓ ਕਿਰਪਾ ਕਰਕੇ। ਇੱਕ ਤਾਂ ਸਵਾਲ ਇਹ ਹੈ, ਇੱਕ ਮਿੰਟ ਖੜਿਆਲ ਸਾਹਿਬ ਇੱਕ ਮਿੰਟ ਪਲੀਜ਼। ਅਕਾਲੀ ਦਲ ਨੇ ਸਵਾਲ ਕੀਤਾ, ਚੀਫ ਸੈਕਟਰੀ ਨੇ ਪ੍ਰਾਈਵੇਟ ਹਸਪੀਟਲ ਦੀ ਐਡ ਕਿਉਂ ਕੀਤੀ, ਇਹਦਾ ਜਵਾਬ ਹੈਗਾ? ਮੈਂ ਜਵਾਬ ਤਾਂ ਦਊਂਗਾ ਸਿੰਘ ਸਾਹਿਬ ਜੇ ਮੈਨੂੰ ਕੁਝ ਟਾਈਮ ਦਿੱਤਾ ਜਾਊ, ਵਿਦਆਊਟ ਇੰਟਰਪਸ਼ਨ। ਸਰ ਵਿਦਆਊਟ ਇੰਟਰਪਸ਼ਨ ਮਿਲੂਗੀ, ਪਰ ਡਿਬੇਟ ਨੂੰ ਤੁਸੀਂ ਆਪਦੇ ਤਰੀਕੇ ਨਾ ਚਲਾਓ, ਕਿਰਪਾ ਕਰਕੇ ਬੋਲੋ। ਨਹੀਂ ਦੇਖੋ ਦੂਜਿਆਂ ਨੂੰ 3 ਮਿੰਟ ਦੇ ਰਹੇ ਹੋ, ਮੈਨੂੰ 3 ਸੈਕਿੰਡ ਨਹੀਂ ਬੋਲੋ। ਸਰ ਤੁਸੀਂ ਆਪਦੇ ਮਿੰਟ ਗਿਣ ਲਿਓ, ਸਰ ਖੜਿਆਲ ਸਾਹਿਬ ਡਿਬੇਟ ਸਮਾਪਤ ਹੋ ਗਈ, ਮਿੰਟ ਗਿਣ ਲਿਓ, ਆਪਾਂ ਟਾਈਮ ਨਾ ਵੇਸਟ ਕਰੀਏ, ਆਪਾਂ ਬੋਲੀਏ, ਜਵਾਬ ਦਈਏ ਜੇ ਜਵਾਬ ਹੈਗਾ ਆਪਣੇ ਕੋਲ ਤਾਂ। ਮੇਰੀ ਗੱਲ ਸੁਣੋ, ਹੁਣ ਜਵਾਬ ਦਿੰਦਾ। ਚੀਫ ਸੈਕਟਰੀ ਨੇ ਕੁਝ ਨਹੀਂ ਪੋਸਟ ਕੀਤਾ, ਇਟਸ ਸਿੰਪਲੀ ਅ ਮਡ ਸਲਿੰਗਿੰਗ ਐਕਟੀਵਿਟੀ ਦੈਟ ਦੀ ਅਕਾਲੀ ਦਲ ਇਜ਼ ਡੂਇੰਗ। ਇਹਨਾਂ ਨੇ ਸਿਰਫ ਔਰ ਸਿਰਫ ਝੂਠ ਬੋਲਿਆ, ਵਾਰ ਵਾਰ ਬੋਲਿਆ, ਇੰਨੀ ਵਾਰ ਬੋਲਿਆ ਕਿ ਪੰਜਾਬ ਚੋਂ ਇਹਨਾਂ ਨੂੰ ਸਾਰਿਆਂ ਨੇ ਕੱਢਤਾ, ਇਹਨਾਂ ਦੀ ਆਪਦੀ ਪਾਰਟੀ ਖੇਡੂ ਹੋਈ ਪਈ ਹੈ, ਤੇ ਇਹਦੇ ਇਹਨਾਂ ਦੀ ਜਿਹੜੇ ਐਲੀਗੇਸ਼ਨ ਹੈਗੇ ਉਹ ਮੈਂ ਨਹੀਂ ਸਮਝਦਾ ਕਿ ਮੈਨੂੰ ਉਹਦਾ ਆਨਸਰ ਵੀ ਦੇਣਾ ਚਾਹੀਦਾ। ਠੀਕ ਹੈ, ਦੂਜਾ ਸਵਾਲ ਲੈ ਲਓ। ਆਮ ਆਦਮੀ ਪਾਰਟੀ ਕਹਿ ਰਹੀ ਹੈ ਤੁਸੀਂ ਟੈਂਡਰ ਤੋਂ ਵੱਧ ਜਿਹੜਾ ਰੇਟ ਵਸੂਲਿਆ, ਤੁਸੀਂ ਐਗਰੀ ਕੀਤੇ ਹੋ? There was no tender as such, ਕੋਈ ਟੈਂਡਰ ਫਤਿਹਗੜ੍ਹ ਦੀ ਗੱਲ ਕਰ ਰਹੇ ਹੋ, ਮੇਰੀ ਗੱਲ ਸੁਣੋ, ਜਿਵੇਂ ਅਸੀਂ ਕਿਹਾ ਇੱਕ ਇਨਕੁਆਇਰੀ ਆਰਡਰ ਕੀਤੀ ਜਾਊਗੀ, ਸਾਡੇ ਹੈਲਥ ਮਿਨਿਸਟਰ ਕਰਨਗੇ, ਜਿਹੜਾ ਜਿਹੜਾ ਜਿੱਥੇ ਜਿੱਥੇ ਲੈਕਸਿਟੀ ਆਊਗੀ ਐਕਸ਼ਨ ਹੋਊਗਾ, ਉਹਦੇ ਵਿੱਚ ਕਾਂਗਰਸ ਪਾਰਟੀ, ਮੈਂ ਤੁਹਾਨੂੰ ਸਪਸ਼ਟ ਕਰਕੇ ਕਹਿ ਸਕਦਾ ਕਿ ਕਾਂਗਰਸ ਪਾਰਟੀ ਕਮਿਟਿਡ ਹੈ, we will not leave any stone unturned to do justice. ਚਲੋ, ਜਿਹੜੀ 3 ਮੈਂਬਰੀ ਕਮੇਟੀ ਦੇ ਅੱਗੇ ਤੁਸੀਂ ਕੁਝ ਆਪਦੇ ਆਗੂਆਂ ਦੀਆਂ ਲਿਸਟਾਂ ਰੱਖੀਆਂ ਉੱਥੇ ਵੀ ਆਹ ਇਸ ਘੁਟਾਲੇ ਵਿੱਚ ਸ਼ਾਮਲ ਹੈਗੇ ਆ, ਇਹ ਲਿਸਟ ਵੀ ਉੱਥੇ ਪਹੁੰਚਾਤੀ ਹੈ ਜਾਂ ਪਹੁੰਚਾਉਣੀ ਅਜੇ? ਦੇਖੋ ਕਿੱਦਾਂ ਰਿਪੀਟ ਕਰਿਓ, ਜਿਹੜੀ ਕਾਂਗਰਸ ਦੇ ਕਲੇਸ਼ ਮਕਾਉਣ ਲਈ ਕਮੇਟੀ ਬਣੀ ਹੈ, ਉਹਦੇ ਅੱਗੇ ਕੁਝ ਤੁਸੀਂ ਆਪਦੇ ਹੀ ਆਗੂਆਂ ਦੀਆਂ ਲਿਸਟਾਂ ਰੱਖੀਆਂ ਉੱਥੇ ਵੀ ਆਹ ਇਸ ਘੁਟਾਲੇ 'ਚ ਫਸੇ ਹੋਏ ਆ, ਇਹ ਵਾਲਾ ਘੁਟਾਲਾ ਉੱਥੇ ਪਹੁੰਚ ਗਿਆ ਜਾਂ ਨਹੀਂ ਪਹੁੰਚਿਆ ਅਜੇ? ਨਹੀਂ, ਨੰਬਰ 1 ਇਟਸ ਨਾਟ ਰੈਲੇਵੈਂਟ, ਆਈ ਵੋਂਟ ਆਨਸਰ ਦੈਟ, ਇਟਸ ਨਾਟ ਰੈਲੇਵੈਂਟ। ਇਹ ਰੈਲੇਵੈਂਟ ਨਹੀਂ ਹੈਗਾ? ਨਹੀਂ ਰੈਲੇਵੈਂਟ।
क्योंकि आम आदमी पार्टी सवाल चुकती कहते हाईकमान तक पैसे गए हैं, इन्होंने इल्जामों का कोई जवाब है तुहाडे कोले? ये आम आदमी पार्टी वो पार्टी है जिथे ऑक्सीजन कॉन्सनट्रेटर 70,000 दे विके है, जिथे खुलेआम ब्लैक मार्केटिंग हुई है इन्होंने चीजा की, उत्थे इन्होंने एक्शन का की लेना सी? डेली क्राइम ब्रांच ने जाके एक्शन लिया। मैं कहना केजरीवाल गवर्नमेंट नूं सू करना चाहिए, उन्होंने पद छड़ देना चाहिए सीएम का। नाले एक ऐसी गवर्नमेंट उत्थे बनानी चाहिए है कांग्रेस की जिहड़ी मेक श्योर करूगी कि अकाउंटेबिलिटी ट्रांसपेरेंसी उत्थे मेंटेन की जाए, ऐ ब्लैक मार्केटिंग ना हो। 70,000 एक ऑक्सीजन कॉन्सनट्रेटर से इन्होंने मार्जिन रखा सीगा लोगों ने, उत्थे उत्थे ब्लैक मेलिंग भी हुई है, उत्थे फ्रॉड भी होया, उत्थे किन्ना कुछ इन्होंने किया की है, ये साडे ते एलीगेशन ला रहे हैं। एक छोटी जी यूनियन टेरिटरी नूं इन्हां नूं इन्हां तों कंट्रोल नहीं होया, इन्हां दी पार्टी इत्थे खेडू खेडू होई पई है। अकाली दल दे अपना एसएडी डेमोक्रेटिक एसएडी संयुक्त आ ओ चली जांदा, ये साडे ते एलीगेशन ला रहे हैं, तो कैंपेनिंग करी जांदे कोविड दे टाइम दे विच। इन्हां दा जे मोटिव हुंदा, इन्हां दा जे ऑब्जेक्टिव हुंदा कि कुछ चंगा करना, लोकां दा भला करना, कैंपेन्स हजारां दे गिनती च ना करदे। दूजी गल इह कोशिश करदे जिहड़े सुख विलास बनाए आ कि डोनेशन तां दो, तुसीं कुछ करो पंजाब दे लोकां लई, जस्ट बिकॉज तुहाडी सरकार नहीं हैगी तुसीं मतलब आपदी ड्यूटी खतम कर। ठीक है खड़ियाल साहब, खड़ियाल साहब ठीक है, तुसीं इन्ने पैसे बनाए आ कुछ तां तुसीं इत्थे डोनेशन करदे लोकां दा भला करदे। ठीक 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 डाक्टर गर्ग सर, फतेहगढ़ दे विच सर की कुछ शामिल होना चाहिए? मेरा बहुत महत्वपूर्ण सवाल है सर डाक्टर गर्ग, आप इन पर कॉन्सट्रेट करिए थोड़ा जहा, फतेहगढ़ में की कुछ होना चाहिए, तो फतेहगढ़ में लोगों को दिता की गया, पहला सवाल। दूजा सवाल यह सर, फतेहगढ़ जिन्होंने दिती गई, जिन्होंने नाम दर्ज किए गए हॉस्पिटल के रिकॉर्ड में या हेल्थ महकमे के रिकॉर्ड में, उन्होंने तक फतेहगढ़ पहुंची कि नहीं पहुंची सर? यह सवाल इन्होंने चो किसी ने नहीं पूछा है तिकर। देखो गल यह है कि जी जब असी कोई भी किट, वैसे तो मैं मेरा लाइफ का तजर्बा यही है भी किट का मतलब करप्शन है। एक बार पिछे मैनू एक इनकुआरी अकाली सरकार वेले कहा सी करन नूं, सारे एडीसीआं ने किटां खरीद के उहदे च इक्को फर्म तों खरीदियां होईयां सी, उहदे कोल ओह नहीं सी, और जो किन्ना ज़्यादा कपड़ा सी वह मैं सारा एक्सपोज करिया सी, आह है इत्थे संगरूर चाह होया, बठिंडे चाह होया, इन्ना होया, वो पेंसिलां वी आईं टुटी जाण, भावें 20 टोटे कर लो, इह जिहियां दित्तियां होईयां सी किसी नूं वड्डा किसी नूं छोटा। एक तां किट दा इह सवाल, दूजी गल किट च पाउणा की है, किट च पाउणा सी वह जिहड़ियां जरूरी चीज़ां सी, उहदे नाल जब तुसीं गैर साइंटिफिक, जिवें असीं कई वार कहिंदे आ ना वी इत्थे जी भाई तों वी पाठ करा लो, मुल्लां तों वी करा लो, अपना इह पुजारी तों वी करा लो, इह डाक्टरी आई नहीं है, डाक्टरी इह नहीं आ वी एलोपैथी वी दे दो, होम्योपैथी वी दे दो, आयुर्वेद वी दे दो, इह ज़्यादा नुकसान करती है। इन्हां दे विच काढ़े पाते, इन्हां दे विच गलोए पाती, ये किहड़ी रिकमेंडेशन ते पाई है, किहड़ी कमेटी सी इन्हां दी एक्सपर्ट जिन्हें कहा भी हाँ गलोए फायदा कई काढ़ा फायदा? तुसीं लोकां दी इच्छा हो सकदी भी असीं काढ़ा लैणा, तुसीं रख दो उत्थे आपदे हस्पतालां च भी जिन्हें काढ़ा लैणा जिन्ना मर्जी लै जाया, जां जिन्हें पीना, पर असीं हरेक नूं नहीं, क्योंकि तुसीं हरेक नूं जब दिंदे हो इहदा मतलब यू आर प्रीचिंग इट भी काढ़ा पीओ, काढ़ा ठीक है, जां फिर साइंस दे नाल प्रूव करे, पंजाब सरकार ये प्रूव करके दिखावे भी काढ़ा जिहड़ा करोना नूं ठीक करदा, जब तक ये कोई साइंटिफिक एविडेंस होवे, बिना एविडेंस दे तुसीं लोकां नूं खुश करना भी इहनूं भी खुश कर दो, तेरा भी विच पा दो, तेरा भी विच पा दो। उहे जिहे डाक्टर ने इह उह कहिंदा जी मेरा सिर दुखदा है, आ दवाई लिखती, कहना जी बुखार भी ना, कहना एक होर लिखती, कहना थोड़ी टट्टी भी नहीं आती, कहना एक होर लिखती, यह जहाँ काम इन्होंने करे। सो ये डाक्टरी नहीं होंगी, साइंटिफिक वे नाल जब असं चलते हाँ वो उत्ते उस किट के राइटली इन्होंने ऑक्सीमीटर पाया, पहला आप पार्टी ने भी वंडिया सी, उन्होंने क्लेम गलत कर गए भी शायद इन्हें करोना ठीक होजू जां करोना डिटेक्ट होजू, असल चे सी भी ऑक्सीमीटर नाल जे थोड़ी ऑक्सीजन घटन लगे थोड़ा समय सिर पता लग जू तुम हस्पताल जा सकते हो। थर्मामीटर भी पाया तो उसके सैनेटाइजर भी पाता, पाते या ना पा सैनेटाइजर, ये कुछ ऐसा चीज़ा होंदिया ने जिन्हों का कोई बहुत ज़्यादा फर्क नहीं पैन लग्या, क्योंकि लोगों ना तो वह पूरा होना है ना वो, क्योंकि बाकी परिवार भी है, सो कुछ चीज़ों के उत्ते फालतू पैसे नहीं खर्चे, उन्नी एक किट बनाओ जिसे तुहाडे पैसे भी घट लगन ते उस प्रोसीजन भी रहे। दूजी गल ईवन तुसीं आ गड्डी च जब जाने हो ना वो थले ट्रे दे थले लिस्ट लगी होंदी वी आह चीज़ा तुहानू दे रहा कि इन्हां दी फतेह किट दे विच वह टोटल कागज़ पाया हुए आह चीज़ा ने, इन्नी इन्नी अमाउंट है इन्हां दी ते इन्नी इन्नी क्वांटिटी है, तुसीं शीशी लिखती भी जी असीं सैनेटाइजर ही पाती, की पता शीशी अद्धियां किट्टां च वड्डी है कि छोटी है, मैं नहीं कहिंदा मैं देखियां ने, मैं नहीं कहिंदा भी उह सच्चमुच छोटी वड्डी है, पर तुसीं आप ही फेर होना हुंदा है, इह नहीं भी लोक क्वेश्चन करनगे, तुसीं आप फेर होना हुंदा है कि जी इह किट दे विच समान उन्ना जावे जिन्ना असीं चाहुंदे आ, उहे साइज़ दा जावे, उहे क्वालिटी दा जावे, इह साडी साडी जिम्मेवारी हुंदी है, इह लोकां दी नहीं भी लोक आ के जिन्ना तक पहुंचनी चाहिए डाटा कर, जिन्ना तक पहुंचनी चाहिए सी फतेहगढ़ जिहड़े एलिजिबल सी इस दे लई उहनां तक पहुंची है सर?
मैं हुण ओह दूजे सवाल चाहुंदा, पहली गल वी किट च होना की चाहीदा सी, किट च साइंटिफिकली समान पाउणा चाहीदा सी, उन्ना समान पाउणा चाहीदा सी जिहड़ा एसेंशियल सी, ऑक्सीमीटर है, थर्मामीटर है, होर दो चार दवाइयां ने। इस तों अगला पार्ट जिहड़े घरे जिहनूं असीं होम आइसोलेशन, जिन्ने होम आइसोलेशन दे केस ने सब नूं जाणी सी, उन्हां सारे होम आइसोलेशन दी अज स्टडी कर लैण। मैं किसी नूं कहा है भी दो तीन जिलों च स्टडी करिए आप देखी भी किन्नां नूं गई है, तो वह किट के एलीगेशन अखबारों च लगे ने कि जी उहदे च ऑक्सीमीटर नहीं मिलिया। संगरूर दे सिविल सर्जन ने कहा है कि कोई गल नहीं जी, असीं देखांगे क्यों नहीं मिलिया, असीं डब्बांगे क्यों नहीं मिलिया, क्योंकि ऑक्सीमीटर ही उहदे ज़्यादा कीमती चीज़ है, दो ही चीज़ां ने थर्मामीटर ते ऑक्सीमीटर। इस तों अगे जिहड़ा हैगा है कि सारिआं नूं मिलिया जां नहीं मिलिया, उहदे ते बहुत सारे मतभेद लोगों के हो सकते हैं। असी पहला फैमिली प्लैनिंग देखे, असी दवाइया की वंड च देखे, मैं कहते हस्पतालों की गल करता, हाँ। मुफ्त समान वंडन दे विच किथे किथे हेराफेरी किस लैवल से होंगी है वह सबनों पता है। ये मैं इस महकमे च रहा, मैनू तां पता भी ये की करते हैं, किवें असी इन्हां नूं रोकते रहे, कोशिश करते रहे भी नहीं है, नहीं होना हुंदा, ये लोगों के वास्ते है, ये बीमार वास्ते है। तुसीं बीमार तों तां पैसे ना खाओ, लोग तो जिवें कलेर साहब ने कहा है भी दान करते हैं बीमार वास्ते। सो सानू की है, ये किटा जिहड़ियां ने ये किटा बनाईया जरूर गई, पर साइंटिफिक बनाई गई ने, ना इन्हां दे खरीद ते पहरा दिता गया, ना इन्हां दी डिस्ट्रीब्यूशन ते पहरा दिता गया, ते ना ही इन्हां दे विच कंटेंट ठीक पूरा होवे हरेक नूं मिले उहदे उत्ते पहरा दिता गया। मैं एक छोटा ब्रेक लूंगा, होर ब्रेक तों वापस आवांगे, आखिरी हिस्से विच असीं होवांगे, बहुत सारे सवाल है। कैप्टन सरकार घिरी है, हुण कैप्टन सरकार जवाब की देवेगी, केंद्र सरकार ने भी सवाल चुकते है इस वैक्सीन मामले के उत्ते, तो सारे सवालों के जवाब देने पैने हैं, पर पंजाब की जनता का जवाब है जिहड़ा वह ये है कैप्टन साहब नूं कि कैप्टन साहब इस पूरे मामले में महामारी के मामले में मुनाफाखोरी क्यों हो रही है, तो कैप्टन साहब को इसका की जवाब होगा उसका इंतजार कर रहे हैं। वापस आ रहे हैं। एक और फिर थोड़ा स्वागत करते हैं, करोना टीके तो फतेह किट तक क्यों घिरी कैप्टन सरकार, वड्डा सवाल इको पुछ रहे, करोना के नाम से कथित घोटाले च फसी कैप्टन सरकार हुण की जवाब देगी। जगतार सिंह जिहड़ा फतेह किट विच की होना चाहिए, तुसीं इस बारे स्टडी की कितों जां स्टडी करवाई जां तुसीं देखिया कि उहदे विच की कुछ है? असीं इहनूं ऐस सच नहीं स्टडी कीता, असीं इहनूं ऐस सच नहीं स्टडी कीता, बट जो डॉक्टर प्यारे लाल गर्ग हुणां ने इन्नी डिटेल च दस्या आ कि की उहदे विच चीज़ां हैगियां ते किस तरह होनी चाहिए, आई थिंक दैट इज मोर दैन इनफ। उहदे च फिर क्योंकि एक्सपर्ट ने और मैडिकल दे नाल संबंधित ही इह किट सीगी, सो इहदे च साढ़े वर्षां दी लोड़ नहीं है, बट आई वॉन्ट टू एड समथिंग इहदे विच फतेह किट च नहीं। दूसरा जिहड़ा तुसीं गल पहलां चली सीगी ते ब्यूरोक्रेसी दा कसूर है, नो ब्यूरोक्रेसी का कसूर तो हैगा ही हैगा आ, पर ये थानू के पी सिंह जी पता होना चाहिए पंजाब दे विच ब्यूरोक्रेसी पुलिस प्रशासन ते पॉलिटिशियन जिहड़े आ करप्ट लॉबी जिहड़ी आ उहदी कलैबोरेशन हो चुकी है। इह उदां ही नहीं है कि तलवार साहब ने अपने लैवल ते जां किसे एडवाइजर ने अपने लैवल ते कोई घबड़ा कर लिया, तां ही फिर मशीनरी जिहड़ी आ ਇਹ ਹਿੱਲਦੀ ਨਹੀਂ ਹੈ। ਅਨਫੋਰਚੁਨੇਟ ਗੱਲ ਤਾਂ ਇਹ ਆ ਕਿ ਫਸਲਾਂ ਦੇ ਖਰਾਬੇ ਦਾ ਪੈਸਾ ਚਾਹੇ ਥੱਲੇ ਕਿਸਾਨ ਤੱਕ ਜਾਣਾ ਹੋਵੇ ਉਹ ਅੱਧਾ ਵੀ ਨਹੀਂ ਪਹੁੰਚਦਾ, ਹੋਰ ਕਿਸੇ ਵੀ ਪੀੜਤ ਵਿਅਕਤੀ ਤੱਕ ਜਾਣਾ ਹੋਵੇ ਉਹ ਵੀ ਨਹੀਂ ਪਹੁੰਚਦਾ, ਔਰ ਆਹ ਜਿਹੜੇ ਪ੍ਰੈਜੈਂਟ ਘਪਰੇ ਨੇ ਇਹ ਮਹਾਮਾਰੀ ਐਪੀਡੈਮਿਕ ਜਿਹਦੇ ਨਾਲ ਜ਼ਿੰਦਗੀਆਂ ਦਾ ਸਵਾਲ ਹੈ ਸਫਰ ਵਿੱਚ ਰਹੇ ਨੇ ਉਹਨਾਂ ਚੀਜ਼ਾਂ ਤੇ ਘਪਰੇ ਆ, ਇਹ ਦਿਸ ਇਜ਼ ਵੈਰੀ ਅਨਫੋਰਚੁਨੇਟ। ਠੀਕ ਹੈ, ਖੜਿਆਲ ਸਾਹਿਬ ਚੀਫ ਸੈਕਟਰੀ ਦਾ ਟਵੀਟ ਹੈ ਜਿਹੜਾ ਉਹ ਇਹ ਕਹਿੰਦਾ ਕਿ ਪ੍ਰਾਈਵੇਟ ਹੋਸਪਿਟਲਸ ਮੈਕਸ ਮੋਹਾਲੀ ਐਂਡ ਫੋਰਟਿਸ ਹੋਸਪਿਟਲ ਹੈਵ ਪ੍ਰਕਿਓਰਡ ਵੈਕਸੀਨ ਐਂਡ ਹੈਵ ਬਿਗਨ ਵੈਕਸੀਨੇਟਿੰਗ 18-44 ਈਅਰਸ ਇਨ ਪੰਜਾਬ, ਮੈਕਸ ਇਜ਼ ਚਾਰਜਿੰਗ ਰੁਪੀਸ 900 ਫੋਰ ਕੋਵਿਸ਼ੀਲਡ ਐਂਡ ਫੋਰਟਿਸ ਰੁਪੀਸ 1,250 ਫੋਰ ਕੋਵੈਕਸੀਨ, ਪਲੀਜ਼ ਰਜਿਸਟਰ ਔਨ ਕੋਵਿਨ ਪੋਰਟਲ ਟੂ ਬੁੱਕ ਏ ਸਲੋਟ ਐਟ ਦਿਸ ਹੋਸਪਿਟਲ। ਸਰ ਇਹਦਾ ਮਤਲਬ ਕੀ ਹੁੰਦਾ? ਆਈ ਥਿੰਕ ਇਟਸ ਪ੍ਰੋਬੇਬਲੀ ਫੈਬਰੀਕੇਟਿਡ, it's false, there is no such statement that has been issued by the chief secretary of punjab, number a fabricated hai, a fabricated hai jehda eh sara ghum reha, bilkul it's fabricated, kp singh ji inna de bulare mann chuke a pehla bhi paise hi deta si, gal main karna clear sa main agli gal karna, bolo punjab government eh cheez ensure karugi justice jaldi to jaldi hove inquiry to baad, ਦੂਜੀ ਗੱਲ ਇਹ ਹੈ ਸਾਡੀ ਕਮਿਟਮੈਂਟ ਹੈ ਕਿ ਪੰਜਾਬ ਦੇ ਲੋਕ, ਪੰਜਾਬ ਸਟੇਟ ਪਹਿਲੀ ਸਟੇਟ ਹੋਊਗੀ ਜਿਹਨੇ ਸਾਰੇ ਲੋਕਾਂ ਨੂੰ ਵੈਕਸੀਨੇਟ ਕਰਨਾ। ਤੀਜੀ ਗੱਲ ਇਹ ਹੈ ਕਿ ਇਹਨਾਂ ਨੂੰ ਡਰਾਮਾ ਕਰਨ ਦੀ ਲੋੜ ਨਹੀਂ ਹੈਗੀ, ਘਰਾਂ 'ਚ ਬਹਿ ਕੇ ਬੋਲੋ, ਆਪਾਂ ਵੀ ਵਰਚੁਅਲੀ ਡਿਬੇਟ ਕਰ ਰਹੇ ਹਾਂ ਇਸ ਚੈਨਲ 'ਤੇ, ਤੁਸੀਂ ਘਰਾਂ 'ਚ ਬਹਿ ਕੇ ਬੋਲੋ, ਤੁਸੀਂ ਹਜ਼ਾਰਾਂ ਲੋਕ ਇਕੱਠੇ ਕਰਦੇ ਹੋ,
ਮਾਸਕ ਉਹਨਾਂ ਦੇ ਪਵਾਉਂਦੇ ਨਹੀਂ, ਆਪਦੇ ਬੰਦੇ ਬੁਲਾ ਕੇ ਆਪ ਹੀ ਰੌਲਾ ਪਾ ਕੇ ਆਪ ਹੀ ਠਾਠਾ ਵਾਹ ਵਾਹ ਕਰਕੇ ਤੁਸੀਂ ਚਲੇ ਜਾਂਦੇ ਹੋ। ਇਹਦਾ ਫਾਇਦਾ ਕੀ ਹੈ? ਤੁਸੀਂ ਪੰਜਾਬ ਦੇ ਜੇ ਹਿੱਤ ਦੀ ਗੱਲ ਵਾਕਈ ਕਰਦੇ ਹੋ ਤਾਂ ਪੰਜਾਬ ਦਾ ਸੋਚੋ ਵੀ, ਉੱਥੇ ਜਾ ਕੇ ਤੁਸੀਂ ਹਜ਼ਾਰਾਂ ਲੋਕਾਂ ਨੂੰ ਇਨਫੈਕਟ ਕਰ ਰਹੇ ਹੋ, ਹਜ਼ਾਰਾਂ ਲੋਕਾਂ ਤੋਂ ਬਾਅਦ ਲੱਖਾਂ ਲੋਕਾਂ ਦੀ ਗੱਲ ਆਊਗੀ, ਤੇ ਇਹਨਾਂ ਨੂੰ ਸੋਚਣਾ ਚਾਹੀਦਾ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਨਕੁਆਇਰੀ ਅਸੀਂ ਆਲਰੇਡੀ ਕਹਿ ਚੁੱਕੇ ਹਾਂ, ਇਟ ਹੈਜ਼ ਬੀਨ ਇਟਸ ਗੋਇੰਗ ਟੂ ਬੀ ਡਨ। ਜਿੱਥੇ ਲੋਕ ਮਰ ਰਹੇ ਨੇ ਪਹਿਲਾਂ ਲੋਕਾਂ ਨੂੰ ਬਚਾ ਲੈ ਸਰਕਾਰ, ਬਿਜ਼ਨਸ ਬਾਅਦ ਚ ਕਰ ਲੈ। ਪਹਿਲਾਂ ਵੀ ਇਹਨਾਂ ਦੇ MLA ਨੇ ਪੈਸਾ ਕਮਾਉਣ ਦੇ ਚੱਕਰ ਚ ਤਰਨ ਤਾਰਨ ਸ਼ਰਾਬ ਨਾਲ ਇੰਨੇ ਬੰਦੇ ਮਾਰਤੇ। ਸੋ ਹੁਣ ਮੇਰੀ ਬੇਨਤੀ ਹੈ ਕਿ ਉਰੇ ਨਾ ਕਰੋ, ਵੈਂਟੀਲੇਟਰ ਜਿਹੜੇ ਕੇਂਦਰ ਨੇ ਭੇਜੇ ਉਹ ਇਹਨਾਂ ਨੇ ਪ੍ਰਾਈਵੇਟ ਹਸਪੀਟਲਾਂ ਨੂੰ ਦਿੱਤੇ। ਸਭ ਨੂੰ ਪਤਾ ਬੰਦੇ ਕਿੱਥੇ ਮਾਰੇ ਬੰਦੇ ਦਾ, ਸਰਕਾਰੀ ਵੈਂਟੀਲੇਟਰ ਦਿੱਤੇ ਪ੍ਰਾਈਵੇਟ ਹਸਪੀਟਲਾਂ ਨੂੰ, ਉਹ ਲੱਖਾਂ ਰੁਪਏ ਦਾ ਬਿੱਲ ਬਣਾ ਰਹੇ ਨੇ। PPE ਕਿੱਟਸ ਦੀ ਸ਼ਾਰਟੇਜ ਹੈ, ਵੈਕਸੀਨੇਸ਼ਨ ਹੈ ਨਹੀਂ। ਸੋ ਕਿਸ ਤਰ੍ਹਾਂ ਦੀ ਸਰਕਾਰ ਹੈ? ਮੈਂ ਤਾਂ ਕਹੂੰਗਾ, ਚਲੋ ਕਲੇਅਰ ਸਾਹਿਬ ਇੱਕ ਮਿੰਟ ਖੜਿਆਲ ਸਾਹਿਬ ਰੁਕ ਜਾਓ। ਕਲੇਅਰ ਸਾਹਿਬ, ਜਦੋਂ ਕੇਂਦਰ ਸਰਕਾਰ ਇਹਨਾਂ ਨਾਲ ਵਿਤਕਰਾ ਕਰਦੀ ਪਈ ਹੈ, ਪੰਜਾਬ ਗੌਰਮੈਂਟ ਨਾਲ, ਪੰਜਾਬ ਨਾਲ ਵਿਤਕਰਾ ਕਰਦੀ ਪਈ ਹੈ, ਉਦੋਂ ਤੁਸੀਂ ਕਿਉਂ ਨਹੀਂ ਉੱਥੇ ਘੇਰਾਬੰਦੀ ਕਰਦੇ ਜਾ ਕੇ? KP ਜੀ, ਅਸੀਂ ਪੂਰੀ ਘੇਰਾਬੰਦੀ ਕਰਦੇ ਹਾਂ ਔਰ ਹਮੇਸ਼ਾ ਕਰਦੇ ਹਾਂ, ਪਰ ਗੱਲ ਇਹ ਹੈਗੀ ਹੈ ਕਿ ਜੋ ਇਹਨਾਂ ਕੋਲੇ ਹੈਗਾ, ਜੋ ਰਿਸੋਰਸਿਸ ਇਹਨਾਂ ਕੋਲੇ ਆਲਰੇਡੀ ਮੌਜੂਦ ਨੇ। ਸਰ, ਤੁਸੀਂ ਕਦੇ ਇਸ ਮੁੱਦੇ ਤੇ ਬੋਲੇ ਹੋ? ਇਸ ਮੁੱਦੇ ਤੇ ਕਲੇਅਰ ਸਾਹਿਬ ਤੁਸੀਂ ਪੜ੍ਹਦੇ ਨਹੀਂ ਡਾਟਾ ਕੰਪੇਅਰ ਹੀ ਨਹੀਂ ਕਰਦੇ ਕਿਹੜੀ ਸਟੇਟ ਨੂੰ ਕਿੰਨੀ ਵੈਕਸੀਨੇਸ਼ਨ ਦਿੱਤੀ ਜਾ ਰਹੀ ਹੈ ਤੁਸੀਂ ਕਦੇ ਵਿਰੋਧੀ ਪਾਰਟੀਆਂ ਨੇ ਦੇਖਿਆ? ਸਰ, ਪੰਜਾਬ ਨਾਲ ਕੌਣ ਵਿਤਕਰਾ ਕਰਦਾ ਪਿਆ? ਕੇਪੀ ਜੀ, ਮੈਨੂੰ ਇ
ਮਰਜ਼ੀ ਪਲੇਟਫਾਰਮ ਤੇ ਕਹਿ ਦੇ ਕੇਪੀ ਸਿੰਘ ਜੀ ਹਾਂ ਬੋਲੋ ਬੋਲੋ ਮਿਸਟਰ ਖੜਿਆ ਬੋਲੋ ਮੈਂ ਇਹਨਾਂ ਨੂੰ ਕਲੀਅਰ ਸਾਹਿਬ ਇੱਕ ਸਵਾਲ ਸਿੰਪਲ ਜਿਹਾ ਪੁੱਛਦਾ ਅਕਾਲੀ ਦਲ ਨੇ ਇੱਕ ਚੀਜ਼ ਗਿਣਾ ਦੇਣ ਜਿਹੜੀ ਇਸ ਟਾਈਮ ਆਈ ਕਹਿ ਰਹੇ ਨਾ ਘਰ ਹੈ ਮੇਰਾ ਪੰਜਾਬ ਅਕਾਲੀ ਦਲ ਨੇ ਆਕਸੀਜਨ ਕੰਸੈਂਟਰੇਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਅਕਾਲੀ ਦਲ ਨੇ ਲਾਏ ਆ ਸਾਰੇ ਵੈਕਸੀਨੇਸ਼ਨ ਕੈਂਪ ਜਾਂ ਐਸਜੀਪੀਸੀ ਵੱਲੋਂ ਲੱਗ ਰਹੇ ਆ ਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਡ ਲਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਕਸੀਜਨ ਕੰਸੈਂਟਰੇਟਰ ਘਰ ਘਰ ਪਹੁੰਚਾਉਣੇ ਆ ਲੰਗਰ ਲਾਉਣੇ ਆ ਸਾਰਾ ਸ਼੍ਰੋਮਣੀ ਅਕਾਲੀ ਦਲ ਦਾ ਕੰਮ ਹੈ ਕੋਵਿਡ ਸੈਂਟਰ ਠੀਕ ਹੈ ਸਰ ਠੀਕ ਹੈ ਠੀਕ ਠੀਕ ਕੁਝ ਨਹੀਂ ਇੱਕ ਇੱਕ ਆਕਸੀਜਨ ਕੰਸੈਂਟਰੇਟਰ ਇਹਨਾਂ ਨੇ ਨਹੀਂ ਦਿੱਤਾ ਐਸਜੀਪੀਸੀ ਕਰ ਰਹੀ ਹੈ ਐਸਜੀਪੀਸੀ ਨੂੰ ਆਪਦੇ ਅੰਡਰ ਨਾ ਲਿਆ ਕਰੋ ਤੁਸੀਂ ਸਰਿਆਲ ਸਾਹਿਬ ਆਪਦੇ ਅੰਡਰ ਨਾ ਲਿਆ ਕਰੋ ਇਹ ਡਰਾ ਨਾ ਕਰਿਆ ਕਰੋ ਪਲੀਜ਼ ਕਾਇੰਡਲੀ ਚਲੋ ਆਪਾਂ ਬਹੁਤ ਪੋਲਿਟਿਕਸ ਕਰ ਲਈਏ ਹੁਣ ਆਪਾਂ ਡਿਬੇਟ ਸਮਾਪਤ ਕਰ ਲਈਏ ਬਹੁਤ ਪੋਲਿਟਿਕਸ ਕਰ ਲਈਏ ਆਪਾਂ ਖੜਿਆਲ ਸਾਹਿਬ ਕਲੀਅਰ ਸਾਹਿਬ ਪਲੀਜ਼ ਡਾਟਾ ਕਰ ਸਰ ਲਾਸਟ ਤੁਹਾਡਾ ਕੰਕਲੂਡਿੰਗ ਰਿਮਾਰਕਸ ਚਾਹੀਦੇ ਮੈਨੂੰ ਸਰ ਇਹਨੂੰ ਘੁਟਾਲਾ ਮੰਨ ਕੇ ਹੀ ਇਸ ਡਿਬੇਟ ਨੂੰ ਸਮਾਪਤ ਕੀਤਾ ਜਾਵੇ ਘੁਟਾਲਾ ਮੰਨ ਕੇ ਹੀ ਅਸੀਂ ਇਹ ਕਹੀਏ ਕਿ ਜਾਂਚ ਹੋਣੀ ਚਾਹੀਦੀ ਹੈ ਘੁਟਾਲਾ ਮੰਨ ਕੇ ਹੀ ਇਸ ਪੋਲਿਟਿਕਸ ਨੂੰ ਕੈਪਟਨ ਸਰਕਾਰ ਨੂੰ ਘੇਰਨਾ ਚਾਹੀਦਾ ਡਾਟਾ ਗਰ ਦੇਖੋ ਮੈਂ ਪਹਿਲਾਂ ਤਾਂ ਇਹ ਕਹਾਂਗਾ ਵੀ ਜਿਹੜਾ ਇੱਥੇ ਗੱਲ ਕਰੀ ਜੇ ਤਿੰਨਾਂ ਪਾਰਟੀਆਂ ਵੱਲੋਂ ਇਹਨਾਂ ਤਿੰਨਾਂ ਪਾਰਟੀਆਂ ਨੇ ਕੁਛ ਨਾ ਕੁਛ ਕਦੇ ਕਰਿਆ ਗਿਆ ਚਾਹੇ ਖੇਤੀ ਬਿੱਲਾਂ 'ਤੇ ਕਰਿਆ ਚਾਹੇ ਸੁਖਬੀਰ ਬਾਦਲ ਜੀ ਦਾ ਸਟੇਟਮੈਂਟ ਆ ਵੀ ਡਬਲ ਪ੍ਰਾਈਸਿੰਗ ਨਹੀਂ ਹੋਣੀ ਚਾਹੀਦੀ ਟ੍ਰਿਪਲ ਪ੍ਰਾਈਸਿੰਗ ਏਸੀ ਵੈਕਸੀਨ ਦੀ ਚਾਹੇ ਆਪ ਵੱਲੋਂ ਆਇਆ ਕਿ ਇਹ ਗਲਤ ਹੋ ਰਿਹਾ ਕੇਂਦਰ ਨੂੰ ਸਾਡੇ ਨਾਲ ਵਿਤਕਰਾਈ ਗੱਲਾਂ ਆਈਆਂ ਨੇ ਪਰ ਇਹਨਾਂ ਨੂੰ ਇਕੱਠੇ ਕਰਨ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਰੂਲਿੰਗ ਪਾਰਟੀ ਦੀ ਹੈ ਇਹ ਨਾ ਕਹੀਏ ਅਸੀਂ ਵੀ ਆਪੋਜੀਸ਼ਨ ਜਾ ਕੇ ਚੌਧਰੀ ਬਣ ਕੇ ਅੱਗੇ ਜਾ ਕੇ ਫਿਰ ਕਹਿੰਦੇ ਆਪੋਜੀਸ਼ਨ ਕਿਉਂ ਕਰਦੀ ਹੈ ਇਹ ਆਪਦੀ ਤਾਕਤ ਦਿਖਾਉਂਦੀ ਹੈ ਇਹ ਰੂਲਿੰਗ ਪਾਰਟੀ ਦੀ ਜ਼ਿੰਮੇਵਾਰੀ ਸੀ ਕਿ ਇਹਨਾਂ ਨੂੰ ਇਕੱਠੇ ਕਰਦੇ ਜਦ ਵੀ ਇਹਨਾਂ ਨੇ ਇਕੱਠੇ ਕਰਿਆ ਖੇਤੀ ਬਿੱਲਾਂ 'ਤੇ ਇਕੱਠੇ ਕਰਿਆ ਸੀ 115 MLA ਕਿਵੇਂ ਚਲੇ ਗਏ ਉੱਥੇ ਨਹੀਂ ਸੋ ਚਾਰਾਂ ਪਾਰਟੀਆਂ ਨੂੰ ਇਕੱਠੇ ਕਰ ਸਕਦੇ ਸੀ ਉਹਦੇ 'ਚ ਕਿਤੇ ਨਾ ਕਿਤੇ ਢਿੱਲ ਰਹੀ ਹੈ ਕੋਵਿਡ ਦੇ ਨਾਲ ਪੰਜਾਬ ਨਾਲ ਧੱਕਾ ਹੋਇਆ ਕੋਵਿਡ ਦੇ ਦੌਰਾਨ ਔਰ ਸਾਰੀਆਂ ਪਾਰਟੀਆਂ ਨੇ ਸਮੇਂ ਸਮੇਂ 'ਤੇ ਕਿਹਾ ਕੈਪਟਨ ਸਾਹਿਬ ਨੇ ਵੀ ਕਿਹਾ ਕੈਪਟਨ ਸਾਹਿਬ ਕਿਉਂਕਿ ਮੁੱਖ ਮੰਤਰੀ ਇਸ ਕਰਕੇ ਕਈ ਵਾਰ ਕਹਿਣਾ ਪਿਆ ਉਹਨਾਂ ਨੂੰ ਅਤੇ ਆਪ ਵਾਲਿਆਂ ਨੇ ਵੀ ਕਿਹਾ ਅਕਾਲੀ ਦਲ ਨੇ ਵੀ ਕਿਹਾ
हालांकि अकाली दल की सांझ रही है उन्होंने वो सांझ पुरानी छड्डी ते इहदे बावजूद उन्होंने कहा सो एक जिहड़ी रूलिंग पार्टी सी उहदी ड्यूटी सी इहनूं इक तां कोविड नूं दे उत्ते सारिआं नूं इकट्ठे करना ਉਹ ਨਹੀਂ ਕਰ ਉਹਨਾਂ ਆਪਦੀ ਚੌਧਰ ਦੀ ਕਿਉਂਕਿ ਕੈਪਟਨ ਸਾਹਿਬ ਦੀ ਫੋਟੋ ਚਾਹੀਦੀ ਹੈ ਉਧਰ ਮੋਦੀ ਸਾਹਿਬ ਦੀ ਚਾਹੀਦੀ ਉਹ ਇਸ ਤਰ੍ਹਾਂ ਦੀਆਂ ਇੱਕ ਜਦ ਤੁਸੀਂ ਸਿਆਸਤ ਕਰਨ ਲੱਗ ਜਾਓ ਕੋਵਿਡ 'ਚ ਇਹੀ ਜਿਹੀ ਸਸਤੀ ਸਿਆਸਤ ਦੀ ਲੋੜ ਨਹੀਂ ਸੀ ਦੂਜੀ ਲੋੜ ਕੀ ਸੀ ਦੂਜੀ ਲੋੜ ਇਹ ਸੀ ਕਿ ਜਿੱਥੇ ਜਿੱਥੇ ਵੀ ਇਹਤੇ ਸੋਗਮੀ ਰੱਖਣ ਦੀ ਲੋੜ ਸੀ ਹੋਰ ਬਥੇਰੀ ਜਗ੍ਹਾ 'ਤੇ ਬਹੁਤ ਕੁਛ ਹੋ ਰਿਹਾ ਤੁਸੀਂ ਸਾਰੀ ਜਗ੍ਹਾ ਕਈ ਵਾਰ ਬੰਦ ਵੀ ਨਹੀਂ ਕਰ ਸਕਦੇ ਪਰ ਇੱਕ ਜਗ੍ਹਾ ਕਹਿੰਦੇ ਢਾਈ ਘਰ ਤਾਂ ਡੈਨ ਵੀ ਛੱਡ ਦਿੰਦੀ ਹੈ ਸੋ ਇਹ ਪਾਸਾ ਜਿਹੜਾ ਸੀ ਇਹਨੂੰ ਮੈਂ ਇਹਨੂੰ ਘੱਟ ਘਪਲਾ ਕਹੋ ਜਾਂ ਨਾ ਕਹੋ ਮੈਂ ਇਹਨੂੰ ਅਨਐਥੀਕਲ ਐਕਟੀਵਿਟੀ ਕਹਿੰਦਾ ਅਜੇ ਵੀ ਘਪਲਾ ਤਾਂ ਮੁਲਕੀ 5 ਕਰੋੜ ਰੁਪਇਆ ਕੋਈ ਖਾਸ ਗੱਲ ਨਹੀਂ ਹੈ ਜਿਸ ਸਰਕਾਰ ਦਾ 1,78,000 ਕਰੋੜ ਰੁਪਏ ਦਾ ਬਜਟ ਹੈ ਜਿਹਦਾ ਹੈਲਥ ਦਾ ਬਜਟ 3,900 ਕਰੋੜ ਦਾ ਹੈ ਉਹ 'ਚ 5 ਕਰੋੜ ਰੁਪਇਆ ਇਟ ਇਜ਼ ਓਨਲੀ ਡਰੋਪ ਇਨ ਦੀ ਓਸ਼ੀਅਨ ਇਹ ਕੋਈ ਖਾਸ ਗੱਲ ਨਹੀਂ ਹੈ ਸੋ ਇਸ ਕਰਕੇ ਇਹਨੂੰ ਮੈਂ ਦੂਜੇ ਪੱਖੋਂ ਜ਼ਿਆਦਾ ਲੈਣਾ ਵੀ ਜ਼ਿਆਦਾ ਨੈਤਿਕ ਤੌਰ ਦੇ ਉੱਤੇ ਇਹ ਬੜਾ ਵੱਡਾ ਸਵਾਲ ਹੈ ਅਤੇ ਦੂਜੀ ਗੱਲ ਇਹਨੂੰ ਇਹ ਕਿਹਾ ਇਹਨਾਂ ਨੇ ਕਾਂਗਰਸ ਦੇ ਬੁਲਾਰੇ ਨੇ ਵੀ ਜੀ ਜਸਟੀਫਿਕੇਸ਼ਨ ਜਦ ਸਾਹਮਣੇ ਆ ਗਿਆ ਕਿ 30,000 ਡੋਜ਼ ਮਿਲੀ ਹੈ ਮੈਕਸ ਨੂੰ ਐਡਵਾਈਜ਼ਰ ਹੈਗੇ ਨੇ ਉਹ ਉੱਧਰ ਵੀ ਨੇ ਉੱਧਰ ਵੀ ਨੇ ਇਹਦੇ 'ਚ ਇਨਕੁਆਇਰੀ ਤਾਂ ਉਦੋਂ ਹੁੰਦੀ ਹੈ ਇਹ ਤਰੀਕਾ ਹੁੰਦਾ ਬਿਊਰੋਕਰੈਟਿਕ ਇਹ ਪੋਲੀਟੀਕਲ ਤਰੀਕਾ ਨਹੀਂ ਹੈ ਬਿਊਰੋਕਰੈਟਿਕ ਤਰੀਕਾ ਇਹ ਕਹਿੰਦਾ ਕੋਈ ਨਹੀਂ ਜੀ ਅਸੀਂ ਦੇਖਾਂਗੇ ਜੀ ਅਸੀਂ ਲੱਭਾਂਗੇ ਜਿਹੜੀ ਸਾਹਮਣੇ ਚੀਜ਼ ਪਈ ਹੋਵੇ ਨਾ ਉਹਨੂੰ ਐਂ ਨਹੀਂ ਕਰਨਾ ਚਾਹੀਦਾ ਇਸ ਦੇ ਉੱਤੇ ਅਜੇ ਵੀ ਕਾਂਗਰਸ ਕੋਲ ਇੱਕ ਸਮਾਂ ਹੈਗਾ ਕਿਉਂਕਿ ਰੂਲਿੰਗ ਪਾਰਟੀ ਹੈ ਸਾਰਿਆਂ ਨੂੰ ਇਕੱਠੇ ਕਰੇ ਜੋ ਕੋਵਿਡ ਦੇ ਵਿੱਚ ਸਾਰੇ ਯਤਨ ਕਰ ਰਹੇ ਨੇ ਆਪਦੇ ਆਪਦੇ ਲੈਵਲ ਤੇ ਆਹ ਜਿਹੜੇ ਮਿਹਨਤ ਦੇ ਨੇ ਤੁਸੀਂ ਇਕੱਠੇ ਕਿਉਂ ਹੋਗੇ ਜੀ ਤੁਸੀਂ ਬਿਮਾਰੀ ਫੈਲਾਤੀ ਇਹੀ ਮੋਦੀ ਸਾਹਿਬ ਕਹਿੰਦੇ ਨੇ ਜੋ ਕੁਛ ਮੋਦੀ ਸਾਹਿਬ ਆਪੋਜੀਸ਼ਨ ਨਾਲ ਕਰ ਰਹੇ ਨੇ ਕੇਂਦਰ ਪੰਜਾਬ ਸਰਕਾਰ ਨੇ ਹੁਣ ਆ ਪਿਛਲੇ 2-3 ਮਹੀਨਿਆਂ ਤੋਂ ਉਹੀ ਕੁਛ ਕਰਨਾ ਸ਼ੁਰੂ ਕਰਤਾ ਇਹਦਾ ਮਤਲਬ ਜਿਹੜਾ ਪਾਵਰ ਚਾਹੇ ਜੋ ਮਰਜ਼ੀ ਕਰੀ ਜਾਵੇ ਇਹ ਮਾੜੀ ਗੱਲ ਹੋਏਗੀ ਇਹ ਗਲਤ ਪ੍ਰਤੀਤ ਸੈੱਟ ਕਰ ਰਹੇ ਨੇ ਆਪੋਜੀਸ਼ਨ ਨੂੰ ਇੱਕ ਰਾਈਟ ਹੈ ਆਪੋਜੀਸ਼ਨ ਦੀ ਲੋੜ ਹੈ ਕਾਂਗਰਸ ਨੂੰ ਇਹ ਸਮਝਣਾ ਚਾਹੀਦਾ ਕਿ ਸਾਨੂੰ ਤਾਂ ਸਮਾਂ ਆਪੋਜੀਸ਼ਨ ਦੀ ਪਾਵਰ ਰਹੇ ਜ਼ਰੂਰੀ ਹੈ ਕਿਉਂਕਿ ਕਾਂਗਰਸ ਆਪੋਜੀਸ਼ਨ 'ਚ ਉੱਥੇ ਦਿੱਲੀ 'ਚ ਠੀਕ ਸੋ ਇਸ ਕਰਕੇ ਸਾਨੂੰ ਨੋਰਮ ਰੱਖਣੇ ਚਾਹੀਦੇ ਨੇ ਬਹੁਤ ਬਹੁਤ ਇੰਪੋਰਟੈਂਟ ਗੱਲ ਤੁਸੀਂ ਕਹੀ ਹੈ ਖੜਿਆਲ ਸਾਹਿਬ ਰੂਲਿੰਗ ਪਾਰਟੀ ਨੂੰ ਧਿਆਨ ਰੱਖਣਾ ਚਾਹੀਦਾ ਆਪੋਜੀਸ਼ਨ ਨਾਲ ਲੈ ਕੇ ਚੱਲਣਾ ਚਾਹੀਦਾ ਗੱਲਬਾਤ ਕਰ ਲੈਣੀ ਚਾਹੀਦੀ ਹੈ ਕੁਛ ਨਹੀਂ ਫਰਕ ਪੈਂਦਾ ਗਾ ਨੈਤਿਕਤਾ 'ਤੇ ਸਵਾਲ ਉੱਠਿਆ ਅਤੇ ਇਹ ਨੈਤਿਕਤਾ ਵਾਲੇ ਸਵਾਲ ਆ ਕੇਂਦਰ ਸਰਕਾਰ 'ਤੇ ਉੱਠਦੇ ਪਏ ਸੇਮ ਤੁਹਾਡੇ 'ਤੇ ਉੱਠਦੇ ਪਏ ਹਨ ਬਹੁਤ ਧੰਨਵਾਦ ਖੜਿਆਲ ਸਾਹਿਬ ਤੁਹਾਡਾ ਜਗਤਾਰ ਸਿੰਘ ਜਿਹੜਾ ਤੁਹਾਡਾ ਬਹੁਤ ਧੰਨਵਾਦ ਅਰਸ਼ੀਤ ਸਿੰਘ ਕਲੇਰ ਤੁਹਾਡਾ ਬਹੁਤ ਧੰਨਵਾਦ ਡਾਕਟਰ ਪੈਲਾ ਗਰਗ ਤੁਹਾਡਾ ਬਹੁਤ ਧੰਨਵਾਦ ਅਖੀਰ ਵਿੱਚ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਫਤਿਹ ਕਿੱਟ ਵਿੱਚ ਕੀ ਕੁਛ ਹੋਣਾ ਚਾਹੀਦਾ ਇਹ ਸਵਾਲ ਤੁਹਾਡੇ ਤੋਂ ਲੁਕੋਇਆ ਜਾ ਰਿਹਾ ਤੁਹਾਨੂੰ ਦੱਸਿਆ ਵੀ ਨਹੀਂ ਜਾ ਰਿਹਾ ਫਤਿਹ ਕਿੱਟ ਵਿੱਚ ਕਿੰਨੀ ਮਨਜ਼ੂਰੀ ਦੇ ਨਾਲ ਸਮਾਨ ਰੱਖਿਆ ਗਿਆ ਅਤੇ ਉਹ ਸਮਾਨ ਕਿੰਨਾ ਜ਼ਰੂਰੀ ਸੀ ਉਹਦੀ ਕੀ ਲਿਸਟ ਵਿੱਚ ਪਾਈ ਗਈ ਹੈ ਦੱਸਿਆ ਗਿਆ ਉਹਦਾ ਕੀ ਰੇਟ ਹੈ ਕੀ ਨਹੀਂ ਹੈ ਇਹ ਵੀ ਸਵਾਲ ਹੈ ਡਾਕਟਰ ਗਰਗ ਨੇ ਚੁੱਕਿਆ ਇਸ ਤੋਂ ਇਲਾਵਾ ਕਰੋਨਾ ਵੈਕਸੀਨੇਸ਼ਨ ਦੇ ਵਿਚਾਰੇ ਜਿਹੜੇ ਇਹ ਸਕੈਮ ਵਾਲੇ ਇਲਜ਼ਾਮ ਲੱਗਦੇ ਪਏ ਆ ਉਹਨਾਂ ਸੱਚ ਕੀ ਹੈਗਾ ਜਾਂਚ ਬੈਠੇ ਕੀ ਉਹ ਜਾਂਚ ਕੀ ਸਾਬਤ ਕਰੇਗੀ ਜਾਂਚ ਕੀ ਕੱਢੇਗੀ ਇਹ ਸਵਾਲ ਬੜੇ ਦੂਰ ਬੈਠੇ ਹਜੇ ਪਰ ਹੁਣ ਬਿਮਾਰੀ ਹੈ ਜਿਹੜੀ ਸਾਡੇ ਨੇੜੇ ਬੈਠੀ ਹੈ ਮਹਾਂਮਾਰੀ ਦੇ ਵਿਚਾਲੇ ਇਸ ਬਿਮਾਰੀ ਦੇ ਵਿਚਾਲੇ ਇਹੋ ਜਿਹੀ ਮੁਨਾਫਾਖੋਰੀ ਵਾਲੇ ਸਵਾਲ ਆਉਣੇ ਨਹੀਂ ਚਾਹੀਦੇ ਕਿ ਸਾਨੂੰ ਲੱਗਦਾ ਕਿ ਇਹੋ ਜਿਹੇ ਸਵਾਲ ਜੇ ਆਉਂਦੇ ਆ ਤਾਂ ਮਹਾਂਮਾਰੀ ਦੇ ਵਿਚਾਲੇ ਵੀ ਜੇ ਮੁਨਾਫਾਖੋਰੀ ਵਾਲੇ ਸਵਾਲ ਆ ਰਹੇ ਆ ਇਹਦਾ ਮਤਲਬ ਅਸੀਂ ਨੈਤਿਕਤਾ ਦੇ ਪੱਧਰ ਤੋਂ ਹੇਠਾਂ ਟਿਕਦੇ ਜਾ ਰਹੇ ਹਾਂ ਬਹੁਤ ਧੰਨਵਾਦ